ਗਿਆਨ ਧਿਆਨ ਸਭ ਗੁਰ ਤੇ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਤ ਸਾਚਾ ਮਨ ਸੋਈ ਮਨ ਮੁਖ ਕਥਨੀ ਹੈ ਪਰ ਰਹਤ ਨ ਹੋਈ ਮਨ ਮੁਖ ਕਥਨੀ ਹੈ ਪਰ ਰਹਤ ਨਾ ਹੋਈ ਨਾਵ ਓ ਭੁੱਲੇ ਥਾਉ ਨ ਕੋਈ ਮਨ ਮਾਇਆ ਬੰਧਿਓ ਸਰ ਜਾਲ ਕਟੋ ਕਟੋ ਵਿਆਪ ਰਹੀ ਉਹ ਬਿਖਨਾਲੋ ਜੋ ਅੰਜੈ ਸੋ ਦੀਸੈ ਕਾਲੋ ਕਾਰਜ ਸਿੱਧੋ ਹਿਰਦੈ ਸਮਾਲੋ ਜੋ ਆੰਜੈ ਸੋ ਦਿਸੈ ਕਾਲੋ ਕਾਰਜੋ ਸੀਦੋ ਹਿਰਦੈ ਸਮਾਲੋ ਜਬਰ 17 ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਨੋ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ ਆਪ ਸਾਰੇ ਧੰਨਤਾ ਦੇ ਜੋਗ ਹਾਂ ਬੜ ਭਾਗੇ ਹਾਂ ਸਤਗੁਰਾਂ ਦੀ ਬਖਸ਼ਿਸ਼ ਦੁਆਰਾ ਸਾਰਿਆਂ ਨੂੰ ਗੁਰਬਾਣੀ ਵਿਚਾਰ ਸੁਣਨ ਦਾ ਸਮਾਂ ਮਿਲਿਆ ਆਓ ਗੁਰਫਤੇ ਦੀ ਸਾਂਝ ਪਾਈਏ ਸਾਰਿਆਂ ਨੇ ਇੱਕੇ ਵਾਰ ਕਹਿਣ ਤੇ ਬੋਲਣਾ ਜੀ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਵਕਤ ਦੇ ਦੌਰਾਨ ਆਪਾਂ ਚੱਲ ਰਹੀ ਲੜੀ ਦੇ ਵਿੱਚੋਂ ਬਲਾਬਲ ਅਸ਼ਟਪਦੀਆ ਮਹਿਲਾ ਪਹਿਲਾ ਘਰ ਦਸਵਾ ਬਲਾਵਲ ਰਾਗ ਦੇ ਵਿੱਚੋਂ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੀ ਅਰਚਤ ਬਾਣੀ ਅਸ਼ਟਪਦੀਆਂ ਦੇ ਵਿੱਚੋਂ ਦੋ ਬੰਦ ਵਿਚਾਰ ਚੁੱਕੇ ਆ ਤੇ ਅਗਲੇ ਦੋ ਬੰਦ ਆਪਾਂ ਪੜ੍ਹੇ ਨੇ ਤੇ ਇਹਨਾਂ ਦੀ ਵਿਚਾਰ ਗੁਰੂ ਪਾਤਸ਼ਾਹ ਜੀ ਜਿਵੇਂ ਵੀ ਕਰਵਾਉਣਗੇ ਆਪਾਂ ਕੋਸ਼ਿਸ਼ ਕਰਾਂਗੇ ਗੁਰਮਤ ਦੀ ਰੌਸ਼ਨੀ ਵਿੱਚ ਗੁਰਮਤ ਵਿਚਾਰਾਂ ਕਰਨ ਦਾ ਯਤਨ ਕਰਾਂਗੇ ਕੋਸ਼ਿਸ਼ ਕਰਾਂਗੇ ਮਾਲਕ ਭਲੀ ਕਰੇ ਅੱਜ ਦੀ ਇਹ ਪਾਵਨ ਬਾਣੀ ਦੀ ਜਿਹੜੀ ਆਰੰਭਤਾ ਅਗਲੇ ਬੰਦ ਦੇ ਵਿੱਚ ਗਿਆਨ ਧਿਆਨ ਸਭ ਪਾਤਸ਼ਾਹ ਜੀ ਅੱਗੇ ਕਹਿੰਦੇ ਨੇ ਗੁਰ ਤੇ ਹੋਈ ਪਿੱਛੇ ਆਪਾਂ ਇਸੇ ਹੀ ਸ਼ਬਦ ਦੇ ਨਾਲ ਜੁੜਮੀ ਗੱਲ ਕੀ ਸੁਣੀ ਸੀ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਪਸ ਰਸ ਰਸ ਮਾਨ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਸੀ ਕਹਿੰਦੇ ਗਿਆਨ ਤੇ ਨਾਮ ਦੀ ਦਾਤ ਗੁਰੂ ਕੋਲੋਂ ਮਿਲਦੀ ਆ ਗਿਆਨ ਤੇ ਨਾਮ ਦੀ ਦਾਤ ਦੁਨੀਆ ਦੇ ਕਿਸੇ ਕੋਨੇ ਵਿੱਚੋਂ ਗਿਆਨ ਨਾਮ ਦੀ ਦਾਤ ਨਹੀਂ ਜੇ ਮਿਲਦੀ ਤੇ ਅੱਜ ਵੀ ਪਾਤਸ਼ਾਹ ਨੇ ਉਸੇ ਗੱਲ ਦੇ ਨਾਲ ਸੰਬੰਧਿਤ ਵਿਚਾਰ ਦਿੱਤੀ ਆ ਗਿਆਨ ਪਾਤਸ਼ਾਹ ਜੀ ਕਹਿੰਦੇ ਕੇਵਲ ਤੇ ਕੇਵਲ ਗੁਰੂ ਕੋਲ ਹੀ ਮਿਲਦਾ ਗਿਆਨ ਧਿਆਨ ਸਭ ਗੁਰ ਤੇ ਹੋਈ ਇਹ ਬਖਸ਼ਿਸ਼ ਗੁਰੂ ਕੋਲੋਂ ਮਿਲਣੀ ਆ ਗੁਰੂ ਕੋਲੋਂ ਸਾਨੂੰ ਸੋਝੀ ਆਉਣੀ ਆ ਗਿਆਨ ਦੀ ਜੇ ਆਪਾਂ ਵੇਖੀਏ ਦੁਨੀਆ ਦੇ ਵਿੱਚ ਗਿਆਨ ਦੀ ਕੋਈ ਕਮੀ ਨਹੀਂ ਹੈ ਇਹ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਦੁਨੀਆ ਦੇ ਵਿੱਚ ਗਿਆਨ ਬਹੁਤ ਆ ਪਰ ਸ਼ਾਇਦ ਜਿਹੜਾ ਦੁਨੀਆ ਦਾ ਗਿਆਨ ਆ ਉਹਦੀ ਦੁਨੀਆ ਦੇ ਵਿੱਚ ਤਾਂ ਥੋੜੀ ਬਹੁਤੀ ਕੀਮਤ ਪੈ ਸਕਦੀ ਆ ਪਰ ਜਿਹੜਾ ਗੁਰਮਤ ਗੁਰੂ ਦੀ ਮਤ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸ਼ੁੱਧ ਗਿਆਨ ਜਿਹਨੂੰ ਆਪਾਂ ਕਹ ਲੀਏ ਜਿਸ ਗਿਆਨ ਦੇ ਵਿੱਚੋਂ ਜੀਵਨ ਬਣਦਾ ਜਿਸ ਗਿਆਨ ਦੇ ਵਿੱਚੋਂ ਮਨੁੱਖ ਦੀ ਸ਼ਖਸੀਅਤ ਘੜੀ ਜਾਂਦੀ ਆ ਜਿਸ ਗਿਆਨ ਦੇ ਵਿੱਚੋਂ ਬੰਦੇ ਦਾ ਜੀਵਨ ਠੱਗ ਵਰਤੀ ਚੋਂ ਸੱਜਣ ਵਰਤੀ ਚਲਾ ਜਾਂਦਾ ਚੋਰ ਵਰਤੀ ਚੋਂ ਇੱਕ ਭਲਾ ਮਾਨਸ ਸਾਧ ਜੀਵਨ ਬਣ ਜਾਂਦਾ ਬੇਸ਼ਵਾ ਵਰਤੀ ਦੇ ਵਿੱਚੋਂ ਇੱਕ ਇੱਜ਼ਤਦਾਰ ਜੀਵਨ ਬਣ ਜਾਂਦਾ ਇਹ ਉਹ ਗਿਆਨ ਆ। ਦੁਨੀਆ ਦੇ ਵਿੱਚ ਗਿਆਨ ਦੀ ਕੋਈ ਕਮੀ ਨਹੀਂ ਨਾ ਸਭ ਕੁਝ ਗਿਆਨ ਸਦਕੇ ਹੀ ਚੱਲਦਾ ਹੈਗਾ। ਜੇ ਵੇਖੀਏ ਤਾਂ ਆਪਾਂ ਸਾਰਾ ਕੁਝ ਗਿਆਨ ਸਦਕੇ ਹੀ ਹੈ ਨਾ ਜਿੰਨੀਆਂ ਚੀਜ਼ਾਂ ਆਪਾਂ ਵੇਖ ਰਹੇ ਹਾਂ ਮੋਟਰ ਗੱਡੀਆਂ ਸਭ ਕੀ ਹੈ ਇਹ ਸਭ ਗਿਆਨ। ਗਿਆਨ ਸਦਕਾ ਸਭ ਕੁਝ ਭੱਜਿਆ ਫਿਰਦਾ। ਪਰ ਉਹ ਗਿਆਨ ਕਿਤੇ ਨਾ ਕਿਤੇ ਜਾ ਕੇ ਇਉਂ ਜਾਪਦਾ ਵੀ ਕੇਵਲ ਤੇ ਕੇਵਲ ਸਾਡੀ ਲੋੜ ਪੂਰੀ ਕਰਨ ਵਾਸਤੇ ਜੋ ਸਾਨੂੰ ਲੋੜ ਆ ਗਿਆਨ ਸੀ ਪ੍ਰਸ਼ਾਦਾ ਕਿਵੇਂ ਤਿਆਰ ਕਰਨਾ ਲੋੜ ਸੀ ਢਿੱਡ ਦੀ ਭੁੱਖ ਮਟਾਉਣੀ ਮਿਟ ਗਈ ਗਿਆਨ ਸੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਣਾ ਤੇ ਗਿਆਨ ਦੀ ਲੋੜ ਪਈ ਸਾਧਨ ਬਣ ਗਿਆ ਮਕਾਨ ਬਣਾਉਣਾ ਲੋੜ ਸੀ ਗਿਆਨ ਨੇ ਕੰਮ ਕੀਤਾ ਤੇ ਮਕਾਨ ਬਣ ਗਿਆ ਮਤਲਬ ਦੁਨੀਆ ਦੇ ਵਿੱਚ ਗਿਆਨ ਹੈ ਪਰ ਉਸ ਗਿਆਨ ਦੇ ਵਿੱਚ ਸਾਡੀ ਲੋੜ ਪੂਰਤੀ ਤਾਂ ਹੈ ਪਰ ਸ਼ਖਸੀਅਤ ਨਹੀਂ ਕਢੀ ਜਾਂਦੀ ਜਨਨ ਕਿ ਜੀਵਨ ਜਿਹੜਾ ਸੋਹਣਾ ਨਹੀਂ ਬਣਦਾ ਤੇ ਘੜੀ ਹੈ ਸ਼ਬਦ ਸੱਚੀ ਟਕਸਾਲ ਸ਼ਬਦ ਦੀ ਟਕਸਾਲ ਜਨਨ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਵਿੱਚ ਸਾਡਾ ਜੀਵਨ ਘੜਿਆ ਜਾਂਦਾ ਹੈ ਇਨਾ ਤੁਸੀਂ ਕਾਫੀ ਸਮਝ ਲਿਆ ਤੇ ਗੁਰੂ ਸਾਹਿਬ ਨੇ ਕਿਹਾ ਕੀ ਹੁਣ ਪਾਤਸ਼ਾਹ ਜੀ ਕਹਿੰਦੇ ਗਿਆਨ ਦੂਜੀ ਗੱਲ ਕਹੀ ਆ ਧਿਆਨ ਗਿਆਨ ਧਿਆਨ ਸਭ ਗੁਰ ਤੇ ਹੋਈ ਕਿ ਗੁਰੂ ਕੋਲੋਂ ਮਿਲਦਾ ਭਾਈ ਧਿਆਨ ਕਿਵੇਂ ਇੱਕ ਥਾਂ ਤੇ ਟਿਕਾਉਣਾ ਤੇ ਨਹੀਂ ਤਾਂ ਦੁਨੀਆ ਦੇ ਵਿੱਚ ਆਪਾਂ ਨੂੰ ਪਤਾ ਸਾਡਾ ਧਿਆਨ ਇੱਕ ਥਾਂ ਤੇ ਟਿਕਦਾ ਹੀ ਨਹੀਂ ਹੈ ਜਿੰਨਾ ਮਰਜੀ ਆਪਾਂ ਯਤਨ ਕਰੀਏ ਧਿਆਨ ਨੂੰ ਟਿਕਾਉਣਾ ਜਿਨੀ ਕਿ ਆਪਣੇ ਮਨ ਨੂੰ ਫੁਰਨਿਆਂ ਤੋਂ ਰਹਿਤ ਕਰਨਾ ਰੋਕਣਾ ਤੇ ਇਹ ਦਾਤ ਵੀ ਗੁਰੂ ਦੇ ਗਿਆਨ ਚ ਮਿਲਦੀ ਆ ਤੇ ਸੱਚ ਜਾਣੋ ਮਨੁੱਖ ਦਾ ਜਿਹੜਾ ਧਿਆਨ ਆ ਉਹ ਸਭ ਦਾ ਹੀ ਅਜ ਭਟਕਣਾ ਚ ਭਟਕ ਰਿਹਾ ਖਿਲਰ ਰਿਹਾ ਹੋਇਆ ਧਿਆਨ ਆ ਖਿੰਡਿਆ ਹੋਇਆ ਜਿਹਨੂੰ ਆਪਾਂ ਕਹਿ ਸਕਦੇ ਆ ਤੇ ਇਹਨੂੰ ਇੱਕ ਥਾਂ ਤੇ ਰੱਖਣਾ ਇਹ ਵੈਗੁਰੂ ਦੀ ਬਖਸ਼ਿਸ਼ ਕਿਰਪਾ ਦੁਆਰਾ ਹੀ ਸਾਨੂੰ ਮਿਲ ਸਕਦੀ ਹੈ ਬਾਣੀ ਦੇ ਵਿੱਚ ਨੇ ਇੱਕ ਬੜੇ ਪ੍ਰਮਾਣ ਦਿੱਤੇ ਨੇ ਪਾਤਸ਼ਾਹ ਜੀ ਕਹਿੰਦੇ ਪ੍ਰਭ ਕੀ ਉਸਤਤ ਕਰਹੁ ਸੰਤ ਮੀਤ ਜਣੇ ਕਿ ਗੁਰੂ ਦਾ ਗਿਆਨ ਪ੍ਰਾਪਤ ਕਰਨ ਵੇਲੇ ਰੱਬੀ ਉਸਤਤ ਕਰਨ ਵੇਲੇ ਸਾਵਧਾਨ ਇਕਾਗਰ ਚੀਤ ਮਨ ਤੇ ਤਨ ਇੱਕ ਕਰਨੇ ਵੈਸੇ ਮਨ ਤੇ ਤਨ ਨੂੰ ਇੱਕ ਕਰਨਾ ਹੈ ਓਪਰ ਪਰ ਦੁਨੀਆ ਦੇ ਵਿੱਚ ਬੜੇ ਕੰਮ ਨੇ ਜਿੱਥੇ ਮਨ ਤੇ ਤਨ ਆ ਜਿਹੜਾ ਇਕਾਗਰ ਹੋ ਜਾਂਦੇ ਨੇ ਇੱਕ ਉਦਾਹਰਨ ਵਜੋਂ ਨਾ ਥੋੜੀ ਜੀ ਆਪਾਂ ਗੱਲ ਨੂੰ ਸਮਝਣਾ ਮਨ ਲਬੋ ਵੀ ਤੁਸੀਂ ਸਾਰੇ ਜਾਣਦੇ ਹੋ ਵੀ ਨੌਜਵਾਨ ਬੱਚੇ ਬੱਚੀਆਂ ਗੱਤਕੇ ਦੀ ਫਾਈਟ ਲਾਉਂਦੀਆਂ ਭਾਵੇਂ ਉਹ ਫਾਈਟ ਦਾ ਸਮਾਂ 2 ਮਿੰਟਾ ਭਾਵੇਂ 3 ਮਿੰਟਾ ਪਰ ਚਿੱਤਾ ਰੱਖਿਓ ਉਸ ਟਾਈਮ ਤੇ ਉਸ ਨੌਜਵਾਨ ਦੀ ਉਸ ਬੱਚੇ ਦੀ ਜਿਹੜੀ ਵਰਤੀ ਆ ਨਾ ਭਾਵੇਂ ਕੁਝ ਮਿੰਟ ਜਾਂ ਸਕਿੰਟਾਂ ਦੀ ਗੇਮ ਆ ਪਰ ਵਰਤੀ ਮਨ ਤੇ ਤਨ ਕਰਕੇ ਇਕਾਗਰ ਹੋ ਜਾਂਦੀ ਆ ਜਿਨ੍ਹਾਂ ਦੀ ਉਸ ਟਾਈਮ ਤੇ ਵਰਤੀ ਇਕਾਗਰ ਹੋ ਗਈ ਉਹਨਾਂ ਨੂੰ ਮੰਨਿਆ ਜਾਵੇਗਾ ਵੀ ਧਿਆਨ ਟਿਕ ਗਿਆ ਭਾਵੇਂ 30 ਸਕਿੰਟ ਹੀ ਟਿਕਿਆ ਤੇ ਜਿਨ੍ਹਾਂ ਦੀ ਵਰਤੀ ਇਕਾਗਰ ਨਹੀਂ ਹੋਈ ਉਸ ਟਾਈਮ ਤੇ ਪੂਰਾ ਧਿਆਨ ਨਹੀਂ ਲਾਇਆ ਆਪਣਾ ਗੇਮ ਖੇਡਣ 'ਚ ਤਾਂ ਉਸ ਟਾਈਮ ਤੇ ਉਹ ਹਾਰ ਜਾਂਦਾ ਸਾਰੀ ਧਿਆਨ ਦੀ ਗੱਲ ਆ ਇਦਾਂ ਹੋਰ ਕਿਸੇ ਵੀ ਕੰਮ ਦੇ ਵਿੱਚ ਆਪਾਂ ਵੇਚ ਸਕਦੇ ਹਾਂ ਧਿਆਨ ਟਕਾਉਣ ਦੇ ਸਾਧਨ ਤਾਂ ਬਹੁਤ ਨੇ ਪਰ ਸਿੱਖਿਆ ਸਾਨੂੰ ਗੁਰੂ ਕੋਲੋਂ ਮਿਲਦੀ ਆ ਗੁਰੂ ਨੇ ਸਾਨੂੰ ਉਦਾਹਰਨਾ ਦੇ ਕੇ ਐਗਜ਼ੈਂਪਲ ਦੇ ਕੇ ਨਾ ਦ੍ਰਿਸ਼ਟਾਂਤ ਹਵਾਲੇ ਦੇ ਕੇ ਸਾਨੂੰ ਸਮਝਾ ਦੇਣਾ ਵੀ ਕਿਵੇਂ ਧਿਆਨ ਲਾਉਣਾ ਜਿਵੇਂ ਅਣਜਾਣ ਬੰਦਾ ਗੱਡੀ ਚਲਾਉਣ ਸਮੇਂ ਧਿਆਨ ਬਿਲਕੁਲ ਪੂਰੇ ਦਾ ਪੂਰਾ ਧਿਆਨ ਆਪਣਾ ਗੱਡੀ ਦੇ ਵਿੱਚ ਰੱਖਦਾ ਹੈ ਪੂਰਾ ਧਿਆਨ ਬਸ ਇਹ ਜਾਂਚ ਕਿੱਥੋਂ ਮਿਲਦੀ ਹੈ ਗੁਰੂ ਕੋਲ ਤਾਂ ਇਹ ਗੁਰੂ ਸਾਹਿਬ ਨੇ ਕਿਹਾਗਾ ਗਿਆਨ ਧਿਆਨ ਗਿਆਨ ਵੀ ਧਿਆਨ ਵੀ ਇਹ ਗੁਰੂ ਤੋਂ ਮਤ ਮਿਲਦੀ ਆ ਕਿਵੇਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਗਿਆਨ ਗੁਰੂ ਕੋਲੋਂ ਲੈਣਾ ਤੇ ਧਿਆਨ ਕਿਵੇਂ ਟਿਕਾਉਣਾ ਇਹ ਸਿੱਖਿਆ ਵੀ ਸਾਨੂੰ ਗਿਆਨ ਚੋਂ ਗੁਰੂ ਕੋਲੋਂ ਪ੍ਰਾਪਤ ਹੁੰਦੀ ਹੈ ਗਿਆਨ ਧਿਆਨ ਸਭ ਗੁਰ ਤੇ ਹੋਈ ਜਨ ਕਿ ਗੁਰੂ ਸਾਡਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਤੇ ਗੁਰੂ ਗ੍ਰੰਥ ਸਾਹਿਬ ਕੋਲੋਂ ਸਾਨੂੰ ਇਹ ਭਾਇਦਾਤ ਮਿਲ ਜਾਂਦੀ ਹੈ ਤੇ ਸੱਚ ਜਾਣਿਓ ਬਾਬੇ ਨਾਨਕ ਨੇ ਜਦੋਂ ਆਪਾਂ ਉਹਨਾਂ ਦੀ ਪੂਰੀ ਜੀਵਨੀ ਪੜ੍ਹਦੇ ਆ ਨਾ ਪੂਰੀ ਜੀਵਨੀ ਪੜ੍ਹਨ ਤੋਂ ਬਾਅਦ ਸਾਨੂੰ ਨਚੋੜ ਕੀ ਮਿਲਦਾ ਵੀ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਕੀ ਸੀ ਉਹਨਾਂ ਦਾ ਦੁਨੀਆਂ ਦੇ ਵਿੱਚ ਘਰ ਘਰ ਜਾਣ ਦਾ ਹਿੰਮਤ ਕਰਨ ਦਾ ਇਹ ਉਪਰਾਲਾ ਕਰਨ ਦਾ ਉਹਨਾਂ ਦਾ ਮਤਲਬ ਕੀ ਸੀਗਾ ਮਤਲਬ ਕੋਈ ਨਾ ਕੋਈ ਤਾਂ ਹੁੰਦਾ ਨਾ ਜਦੋਂ ਮਤਲਬ ਲੱਭਦੇ ਆ ਨਾ ਤਾਂ ਮਤਲਬ ਉਹਨਾਂ ਦਾ ਮਿਸ਼ਨ ਇੱਕ ਮਿਲ ਜਾਂਦਾ ਲੱਭ ਜਾਂਦਾ ਕਿਹੜਾ ਗੁਰੂ ਨਾਨਕ ਸਾਹਿਬ ਦੇ ਅੰਦਰ ਇੱਕ ਤਾਂਗ ਸੀ ਲੋਕਾਂ ਦੇ ਖਿੰਡੇ ਹੋਏ ਧਿਆਨ ਨੂੰ ਇਕੱਠਾ ਕੀਤਾ ਜਾਵੇ ਇਹ ਰੁੱਲਦੇ ਫਿਰਦੇ ਆ ਸਾਡਾ ਧਿਆਨ ਖਿੰਡ ਗਿਆ ਬਸ ਗੜਬੜ ਹੋ ਜੂ ਨਾਲ ਦੀ ਨਾਲ ਉਹ ਟੇਲਰ ਮਾਸਟਰ ਆ ਨਾ ਧਿਆਨ ਸਲਾਈ ਚੋਂ ਨਿਕਲ ਗਿਆ ਬਸ ਗੜਬੜ ਹੋ ਜੂ ਕਟੰਗ ਕਰਨ ਵੇਲੇ ਧਿਆਨ ਨਿਕਲ ਗਿਆ ਗਲਤ ਕੰਮੇ ਕਰ ਲੂ ਕਿਸੇ ਵੀ ਕੰਮ ਚ ਲਾ ਲੋ ਧਿਆਨ ਦੀ ਗੱਲ ਆ ਬਾਬੇ ਨਾਨਕ ਨੇ ਜਦੋਂ ਦੇਖਿਆ ਨਾ ਹੈ ਹੈ ਕਰਦੀ ਫਿਰੈ ਲੁਕਾਈ ਹੁਣ ਹੈ ਹੈ ਕੌਣ ਕਰਦਾ ਰੋਂਦਾ ਕੌਣਾ ਜਿਹੜਾ ਗਲਤ ਕੰਮ ਕਰ ਲਵੇ ਤੇ ਗਲਤ ਕੰਮ ਕੌਣ ਕਰਦਾ ਜਿਹਦਾ ਧਿਆਨ ਭਟਕ ਜੇ ਤੇ ਜਿਹਦਾ ਧਿਆਨ ਭਟਕ ਗਿਆ ਧਿਆਨ ਭਟਕੇ ਹੋਏ ਨੂੰ ਬਾਬਾ ਨਾਨਕ ਇਕੱਠਾ ਕਰਨ ਤੋਂ ਰਿਹਾ ਸੀ ਉਹਨੂੰ ਤਰਸ ਆਇਆ ਲੋਕਾਂ ਤੇ ਲੰਗੋ ਬਾਬੇ ਨਾਨਕ ਨੂੰ ਪਤਰਮੀ ਕਹਿੰਨੇ ਆ ਕਿਉਂਕਿ ਜਿਹਦੇ ਅੰਦਰ ਤਰਸਾ ਨਾ ਤਰਸਦਾ ਧਾਰਨੀ ਮਨੁੱਖ ਹੀ ਧਰਮੀ ਬਣ ਸਕਦਾ ਜਿਹਦੇ ਅੰਦਰ ਤਰਸ ਨਹੀਂ ਹੈ ਦਇਆ ਨਹੀਂ ਹੈ ਉਹ ਕਦੇ ਵੀ ਧਰਮੀ ਨਹੀਂ ਬਣ ਸਕਦਾ ਫਿਰ ਬਾਬੇ ਨਾਨਕ ਨੇ ਨਾ ਤਰਸ ਖਾ ਕੇ ਦੁਨੀਆ ਤੇ ਦੁਨੀਆ ਦੇ ਖਿੰਡੇ ਹੋਏ ਧਿਆਨ ਨੂੰ ਤੇ ਭਟਕੇ ਹੋਿਆਂ ਨੂੰ ਜਣੇ ਕਿ ਉਹਨਾਂ ਕੋਲੇ ਗਿਆਨ ਵੀ ਨਹੀਂ ਹੈ ਜੇ ਗਿਆਨ ਸੀਗਾ ਤਾਂ ਸਵਾਰਥੀ ਲੋੜ ਪੂਰਤੀ ਗਿਆਨ ਸੀ ਤੇ ਸੁਚੱਜਾ ਗਿਆਨ ਦੇਣ ਦੇ ਲਈ ਘਰ ਘਰ ਜਾਣਾ ਸ਼ੁਰੂ ਕੀਤਾ ਸੀ ਉਹਨਾਂ ਦੇ ਮਨ ਦੀ ਤੰਗ ਉਹਨਾਂ ਦੇ ਦਿਲ ਦੀ ਤੰਗ ਆ ਸੀ ਤੇ ਜੋ ਗੁਰਨਾਨਕ ਸਾਹਿਬ ਨੇ ਜੀਵਨ ਜੀਵ ਚ ਕੀਤਾਗਾ ਨਾ ਤੇ ਉਹ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖ ਕੇ ਆਉਣ ਵਾਲੇ ਟਾਈਮ ਦੇ ਵਿੱਚ ਦੇ ਦਿੱਤਾ ਇਹ ਕੰਮ ਪੁੱਤ ਤੂੰ ਵੀ ਕਰੀਂ ਗਿਆਨ ਧਿਆਨ ਸਭ ਗੁਰ ਗੁਰ ਤੇ ਹੋਈ ਗੁਰੂ ਕੋਲੋਂ ਇਹ ਭਾਇਦਾਤ ਸਾਨੂੰ ਪ੍ਰਾਪਤ ਹੁੰਦੀ ਹੈ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਜੇ ਕੋਈ ਅਸਲੀ ਗਿਆਨ ਤੋਂ ਖੁੰਝ ਜਾਵੇ ਤੇ ਧਿਆਨ ਭਟਕ ਜਾਵੇ ਦੇਖੋ ਇਹ ਗੱਲ ਨਹੀਂ ਵੀ ਜਿੰਨੇ ਆਪਾਂ ਇੱਥੇ ਗੁਰੂ ਕੋਲੇ ਪਹੁੰਚੇ ਸਾਰਿਆਂ ਨੂੰ ਗਿਆਨ ਮਿਲ ਜੂ ਮਿਲਦਾ ਜ਼ਰੂਰ ਆ ਪਰ ਬਹੁਤੇ ਗਿਆਨ ਪ੍ਰਾਪਤ ਕਰਕੇ ਵੀ ਅਗਿਆਨੀ ਬਣ ਜਾਂਦੇ ਨੇ ਗਿਆਨਤਾ ਮਿਲ ਗਿਆ ਪਰ ਫਿਰ ਵੀ ਗਿਆਨੀ ਅਗਿਆਨੀ ਧਿਆਨ ਟਿਕਾਉਣ ਦਾ ਤਰੀਕਾ ਤਾਂ ਮਿਲ ਗਿਆ ਪਰ ਫਿਰ ਵੀ ਫੇਲ ਇਹਦਾ ਮਤਲਬ ਕੀ ਆ ਇਹਦਾ ਮਤਲਬ ਇਹ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਅਸਲ ਦੇ ਵਿੱਚ ਨਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਤੋਂ ਉਹ ਸੋਜੀ ਉਹ ਮਤ ਪ੍ਰਾਪਤ ਨਹੀਂ ਕੀਤੀ ਜਿਹੜੀ ਮਤ ਕਰਕੇ ਗਿਆਨ ਧਿਆਨ ਦੀ ਦਾਤ ਲੈ ਕੇ ਆਪਣੇ ਜੀਵਨ ਚ ਨਿਮਰਤਾ ਪੈਦਾ ਕਰਨੀ ਸੀ ਉਹ ਦਾਤ ਲੈਣੀ ਭੁੱਲ ਗਏ ਨਿਮਰਤਾ ਵਾਲੀ ਦਾਤ ਤਾਂ ਮਿਲੀ ਆ ਪਰ ਹੰਕਾਰ ਹੋ ਗਿਆ ਫਿਰ ਜਦੋਂ ਹੰਕਾਰ ਚ ਵਾਗੇ ਫਿਰ ਹਾਲ ਕੀ ਹੁੰਦਾ ਅਗਲੀ ਤੁਕ ਵਿੱਚ ਬਾਬਾ ਨਾਨਕ ਬਿਆਨ ਕਰਦਾ ਕਹਿੰਦੇ ਨਾ ਕਥ ਕਥ ਬਾਦ ਕਰੇ ਸਭ ਵਹਿਗੁਰੂ ਕਰ ਕਰ ਜੋ ਆਪਣੇ ਵੱਲੋਂ ਬਾਦ ਬਵਾਦ ਵਿੱਚ ਪੈ ਗਏ ਬਾਦ-ਬਾਦ ਵਿੱਚ ਪੈ ਗਏ ਨਾ ਫਿਰ ਪਾਸ਼ੇ ਕਹਿੰਦੇ ਕਥ ਕਥ ਬਾਦ ਕਰੇ ਦੁੱਖ ਹੋਈ ਕਹਿੰਦੇ ਉਹ ਆਪਣੇ ਕੋਲੇ ਗਿਆਨ ਤਾਂ ਲੈ ਗਿਆ ਕਾਫੀ ਗਿਆਨ ਲੈ ਗਿਆ ਪਰ ਉਹ ਉਲਝ ਗਿਆ ਬਹਿਸ ਦੇ ਵਿੱਚ ਮਤਲਬ ਕਿ ਜਿਹਨੂੰ ਆਪਾਂ ਕਹਦੇ ਗਏ ਚਰਚਾ ਦੇ ਵਿੱਚ ਉਲਝ ਗਿਆ ਚਰਚਾ ਕਰਨੀ ਕੋਈ ਮਾੜੀ ਨਹੀਂ ਪਰ ਚਰਚਾ ਦਾ ਕੋਈ ਮਿਸ਼ਨ ਹੋਵੇ ਬਹਿਸ ਕਰਨੀ ਕੋਈ ਮਾੜੀ ਨਹੀਂ ਹੈ ਪਰ ਬਾਬਾ ਨਾਨਕ ਕਹਿੰਦਾ ਉਹਦਾ ਸੁਹਾਣਾ ਬੈਂਸੀ ਬਣ ਗਿਆ ਕੱਥ ਕੱਥ ਫਿਰ ਕੀ ਕਿਹਾ ਪਾਸ਼ਾ ਕਹਿੰਦੇ ਬਾਦ ਬਾਦ ਤੋਂ ਬਾਦ ਬਖੇੜਾ ਕਲੇਸ਼ ਕਹਿੰਦੇ ਨਿਕਲਿਆ ਕੀ ਹੈ ਫਿਰ ਕਹਿੰਦੇ ਕਲੇਸੀ ਬਣ ਗਿਆ ਉਹ ਤੇ ਜਿਵੇਂ ਆਪਾਂ ਕੱਲ ਸੁਣਿਆ ਸੀ ਨਾ ਵੀ ਦੀਵੇ ਆਪਸ ਵਿੱਚ ਲੜਦੇ ਨੇ ਦੀਵੇ ਨੂੰ ਲੜਨਾ ਨਹੀਂ ਚਾਹੀਦਾ ਦੀਵੇ ਅਸਲ ਦੇ ਵਿੱਚ ਦੁਨੀਆ ਨੂੰ ਚਾਨਣ ਦਿੰਦੇ ਨੇ ਤੇ ਚਾਨਣ ਦੇਣ ਵਾਲਿਆਂ ਨੂੰ ਜਣੀ ਕਿ ਪ੍ਰਕਾਸ਼ ਕਰਨ ਵਾਲਿਆਂ ਨੂੰ ਲੜਨ ਦੀ ਅਜਾਜਤ ਨਹੀਂ ਹੈ ਜਿਉ ਲੜਦੇ ਨੇ ਤਾਂ ਫਿਰ ਮੰਨਾਂਗੇ ਇੱਥੇ ਦੁਨੀਆ ਦੇ ਵਿੱਚ ਗਿਆਨ ਦੇਣ ਵਾਲੇ ਅਗਿਆਨੀ ਨਹੀਂ ਅਸਲ ਦੇ ਵਿੱਚ ਨਾ ਤਾਂ ਦੀਵਾ ਲੜੇ ਨਾ ਬੱਤੀ ਲੜੇ ਨਾ ਤੇਲ ਲੜੇ ਉਹ ਆਪਾਂ ਕੱਲ ਸਾਰਾ ਸੁਣ ਲਿਆ ਪਰ ਉਹ ਇੱਕ ਹਵਾਲਾ ਸੀ ਇੱਕ ਦ੍ਰਿਸ਼ਟਾਂਤ ਸੀ ਵੀ ਦੁਨੀਆ ਦੇ ਵਿੱਚ ਪ੍ਰਚਾਰਕ ਲੋਕ ਜਿਨ੍ਹਾਂ ਨੂੰ ਗੁਰੂ ਨੇ ਗਿਆਨ ਦਿੱਤਾ ਚਾਹੇ ਉਹ ਆਮ ਕਿਰਤੀ ਬੰਦੇ ਨੇ ਉਹ ਡਿਊਟੀ ਕਰਨ ਵਾਲੇ ਨੇ ਚਾਹੇ ਉਹ ਘਰ ਦੇ ਵਿੱਚ ਕੰਮ ਕਰਨ ਵਾਲੇ ਨੇ ਜਿਨ੍ਹਾਂ ਨੂੰ ਗਿਆਨ ਹੋ ਗਿਆ ਉਹ ਲੜਦੇ ਨਹੀਂ ਹੁੰਦੇ ਲੜਨ ਤੋਂ ਭਾਵ ਬਹਿਸ ਨਹੀਂ ਕਰਦੇ ਬਿਨਾਂ ਵਜ੍ਹਾ ਤੋਂ ਹੁਣ ਪਾਤਸ਼ਾਹ ਜੀ ਕਹਿੰਦੇ ਨਾ ਕਹਿੰਦੇ ਫਿਰ ਇੱਥੇ ਦੁਨੀਆ ਦੇ ਵਿੱਚ ਤਾਂ ਦੀਵੇ ਲੜੀ ਜਾਂਦੇ ਆ ਭਾਈ ਮਤਲਬ ਕਿ ਜਨਨ ਕਿ ਜਿਨ੍ਹਾਂ ਨੂੰ ਗਿਆਨ ਦੀ ਦਾਤ ਮਿਲੀ ਸੀ ਨਾ ਗਿਆਨੀ ਬੰਦੇ ਲੜੀ ਜਾਂਦੇ ਨੇ ਕਥ ਕਥ ਬਾਦ ਪਾਤਸ਼ਾਹ ਜੀ ਕਹਿੰਦੇ ਬਖੇੜਾ ਖੜਾ ਕਰ ਲਿਆ ਕਲੇਸ਼ ਖੜਾ ਕਰ ਲਿਆ ਕਰੇ ਦੁੱਖ ਹੋਈ ਤੇ ਜਦੋਂ ਕਲੇਸ਼ ਖੜਾ ਹੋ ਗਿਆ ਫਿਰ ਦੁੱਖਾਂ ਦੀ ਕਹਾਣੀ ਸ਼ੁਰੂ ਹੋ ਗਈ ਗਿਆਨ ਤੇ ਧਿਆਨ ਦੀ ਦਾਤ ਲੈ ਕੇ ਹੋਣਾ ਤਾਂ ਅਸੀਂ ਸੁਖੀ ਪਰ ਹੋ ਗਿਆ ਦੁਖੀ ਦੁਖੀ ਹੋ ਗਿਆ ਨਾ ਬਖੇੜਾ ਖੜਾ ਹੋ ਗਿਆ ਈਵੇਂ ਜਿਵੇਂ ਗੁਰੂ ਨਾਨਕ ਸਾਹਿਬ ਦੇ ਜੀਵਨ ਚ ਇੱਕ ਨਹੀਂ ਵੱਡੀਆਂ ਉਦਾਹਰਨਾਂ ਨੇ ਬਖੇੜੇ ਦੀ ਤੋਂ ਆਪ ਬਾਦ ਜਾ ਕੇ ਪੁੱਛਾਂਗੇ ਪਾਤਸ਼ਾਹ ਨੂੰ ਫਿਰ ਪਾਤਸ਼ਾਹ ਕਹਿੰਦੇ ਨੇ ਕਥ ਕਹਿਣਾ ਤੇ ਰਹਿ ਨਾ ਕੋਈ ਕਥ ਬੋਲਣ ਤੇ ਕਹਿਣਾ ਤੇ ਰਹਿ ਨਾ ਕੋਈ ਗੁਰੂ ਪਾਤਸ਼ਾਹ ਜੀ ਕਹਿੰਦੇ ਜਾਂ ਫਿਰ ਤੂੰ ਆਪਣੀ ਕਹੀ ਹੋਈ ਗੱਲ ਤੇ ਰਹਿ ਜਿਵੇਂ ਪਾਵੇਂ ਕਹਿੰਦੇ ਨੇ ਆ ਵੀ ਜੰਤਾ ਗੱਲ ਕਹੇ ਨਾ ਜੇ ਕਹੀ ਆ ਤਾਂ ਉਹ ਤੇ ਖਰਾ ਉੱਤਰ ਬਿਜਣੀ ਕੀ ਨਾ ਗੱਲ ਕਹਿ ਕੇ ਮੁਕਰਨਾ ਤੇ ਉਹ ਗਿਣਤੀ ਉਹ ਦੁਨੀਆਂ ਦੇ ਲੋਕਾਂ ਦੀ ਆ ਜਿਹੜੇ ਗੱਲ ਕਹਿ ਕੇ ਮੁਕਰ ਜਾਂਦੇ ਨੇ ਇੱਥੇ ਬਾਬੇ ਨਾਨਕ ਨੇ ਵਰਜਿਆ ਨਾ ਇਹ ਨਾ ਕੰਮ ਕਰ ਅਸਲ ਦੇ ਵਿੱਚ ਨਾ ਗੁਰੂ ਨਾਨਕ ਸਾਹਿਬ ਦੀ ਨਿਗਾਹ ਦੇ ਵਿੱਚ ਉਹ ਕੱਚਾ ਇਨਸਾਨ ਹੁੰਦਾ ਜਿਹੜਾ ਗੱਲ ਕਰਕੇ ਕਹਿ ਕੇ ਮੁਕਰ ਜਾਵੇ ਬਚਨ ਕਰੇ ਤਾਂ ਖਿਸਕ ਜਾਏ ਸੋਈ ਨਰ ਕੱਚਾ ਇਹ ਤੋਕ ਤੁਹਾਡੇ ਸਾਰਿਆਂ ਦੇ ਯਾਦ ਆ ਗਈ ਵੀ ਵਚਨ ਕਰਕੇ ਗੱਲ ਕਰਕੇ ਮੁੱਕਰ ਜਾਣਾ ਤਾਂ ਬਾਦਸ਼ਾਹ ਜੀ ਕਹਿੰਦੇ ਇੱਥੇ ਤਾਂ ਫਿਰ ਕੀ ਹੈ ਕਹਿੰਦੇ ਜਿਹੜਾ ਮਨਮੁਖ ਖਾਨਾ ਕਹਿੰਦੇ ਉਹ ਤਾਂ ਭਾਈ ਆਪਣੀ ਜ਼ਿੰਦਗੀ ਦੇ ਵਿੱਚ ਗੱਲਾਂ ਕਰ ਕਰਕੇ ਨਾ ਬਾਅਦ ਵਿੱਚ ਬਦਲ ਜਾਂਦਾ ਮੁੱਕਰ ਜਾਂਦਾ ਹੈਗਾ ਤੇ ਜਿਹੜਾ ਮੁੱਕਰਨ ਵਾਲਾ ਸੁਭਾਗ ਆ ਸ਼ਾਇਦ ਇਹ ਸਾਡਾ ਇਉਂ ਕਹਿ ਲਈਏ ਬਿਰਲਿਆਂ ਨੂੰ ਛੱਡ ਕੇ ਸਾਰਿਆਂ ਦੀ ਆ ਤੇ ਇਸ ਸੁਭਾਤੋਂ ਇਸ ਆਦਤ ਤੋਂ ਆਪਾਂ ਬਚ ਗਏ ਸੰਦੇਸ਼ ਤਾਂ ਹੀ ਮਿਲ ਗਿਆ ਨਾ ਬਾਣੀ ਪੜਨ ਦਾ ਸੁਣਨ ਦਾ ਫਾਇਦਾ ਸਿੱਖਿਆ ਲੈਣੀ ਸਿੱਖਿਆ ਕੀ ਮਿਲਗੀ ਵੀ ਅਸੀਂ ਇਸ ਗੱਲ ਤੋਂ ਬਚਣਾ ਹੈ ਬੇਨਰਸ ਰਾਤੇ ਮੁਕਤ ਨਾ ਹੋਈ ਗੁਰੂ ਪਾਤਸ਼ਾਹ ਜੀ ਕਹਿੰਦੇ ਗੁਰਬਾਣੀ ਦਾ ਗਿਆਨ ਰੂਪੀ ਰਸ ਪ੍ਰਾਪਤ ਕਰਨ ਤੋਂ ਬਿਨਾ ਮੁਕਤ ਹੋਣਾ ਮੁਸ਼ਕਲ ਹੈ ਜਿੰਨਾ ਟਾਈਮ ਗੁਰੂ ਦੇ ਗਿਆਨ ਦਾ ਗਿਆਨ ਰੂਪੀ ਰਸ ਦਾ ਆਪ ਆਪਣੀ ਜ਼ਿੰਦਗੀ ਚ ਇਸਤੇਮਾਲ ਨਹੀਂ ਕਰਦੇ ਤਾਂ ਉਹਨਾਂ ਟਾਈਮ ਅਸੀਂ ਮੁਕਤ ਨਹੀਂ ਹੋ ਸਕਦੇ ਉਹ ਜਿੰਨਾ ਟਾਈਮ ਆਪ ਮਰਜੀ ਲੰਬਾ ਲੰਗਾਓ ਪਾਵੇਂ ਥੋੜਾ ਵਕਤ ਤੇ ਪਾਵੇਂ ਬਹੁਤਾ ਵਕਤ ਉਹ ਮਰਜ਼ੀ ਸਾਡੀ ਆ ਆਪਣਾ ਸੁਭਾਅ ਪਰ ਗੁਰੂ ਦੇ ਨਾਮ ਰੂਪੀ ਗਿਆਨ ਰੂਪੀ ਰਸ ਤੋਂ ਬਿਨਾ ਜ਼ਿੰਦਗੀ ਸੁਰਖਰੂ ਨਹੀਂ ਹੋਊਗੀ ਮਤਲਬ ਮੁਕਤ ਨਹੀਂ ਹੋ ਸਕਦੀਗੀ ਤੈੰਗੋ ਪਾਤਸ਼ਾਹ ਨੇ ਪਹਿਲੇ ਬੰਦ ਦੀ ਲਾਸ਼ ਤੱਕ ਵਿੱਚ ਜ਼ਿਕਰ ਕੀਤਾ ਕਹਿੰਦੇ ਬਿਨ ਰਸ ਰਾਤੇ ਰਸ ਗੁਰਬਾਣੀ ਵਿਚਾਰ ਰਾਤੀ ਗੁਰਬਾਣੀ ਵਿਚਾਰ ਵਿੱਚ ਰਤਨ ਤੋਂ ਬਿਨਾ ਜਣੀ ਕਿ ਉਹਦੇ ਵਿੱਚ ਮਿਕਸ ਹੋਣ ਤੋਂ ਬਿਨਾ ਬਿਨ ਰਸ ਰਾਤੀ ਮੁਕਤ ਨਾ ਹੋਈ ਮੁਕਤ ਤੋਂ ਭਾਵ ਕੀ ਹੁੰਦਾ ਕਿਸੇ ਬਿਮਾਰੀ ਤੋਂ ਖਿਹੜਾ ਛਡਵਾ ਲੈਣਾ ਮੰਨ ਲਓ ਸਾਨੂੰ ਬੁਰਾ ਬੋਲਣ ਦੀ ਆਦਤਾਂ ਖਿਹੜਾ ਛੁੱਟ ਗਿਆ ਸਾਵਾਸ਼ੇ ਗੁਰੂ ਦਾ ਜੀਨੇ ਸਾਨੂੰ ਮੰਦਾ ਬੋਲਣ ਤੋਂ ਹਟਾ ਲਿਆ ਮੰਦਾ ਬੋਲਣ ਤੋਂ ਵੰਨਤਾ ਰੋਕਤਾ ਮਾੜਾ ਸੁਣਨ ਦੀ ਹੱਤ ਸੀ ਬਸ ਉਹ ਤੁਸੀਂ ਸਾਰਾ ਜਾਣਦੇ ਹੋਗੇ ਮਾੜਾ ਖਾਣ ਦੀ ਹੱਤ ਸੀ ਰੁਕ ਗਏ ਕਿੰਨਾ ਫਰਕ ਪੈ ਗਿਆ ਦੁਨੀਆ ਦਾ ਫਰਕ ਪਿਆ ਨਾ ਕਿੰਨੇ ਸਿਆਣੇ ਹੋ ਗਏ ਬਹੁਤੇ ਦੇਖੋ ਬਹੁਤਿਆਂ ਨੂੰ ਛੱਡ ਕੇ ਨਾ ਕਾਫੀ ਗਿਆਨ ਆ ਦੁਨੀਆ ਦੇ ਵਿੱਚ ਬਹੁਤ ਇਨ੍ਹਾਂ ਗੱਲਾਂ ਦਾ ਅਮਲ ਹੋ ਗਿਆ ਸੋ ਵੈ ਗੁਰੂ ਕਿਰਪਾ ਕਰੇ ਇਸੇ ਨੂੰ ਮੁਕਤ ਕਿਹਾ ਜਾਂਦਾ ਹੈ ਜਨਨ ਕਿ ਗੁਰੂ ਤੋਂ ਗਿਆਨ ਲੈ ਕੇ ਜਿਹੜਾ ਕੰਮ ਆਪਾਂ ਕਰ ਰਹੇ ਹਾਂ ਉਹਦੇ ਵਿੱਚ ਨਫਾ ਨੁਕਸਾਨ ਕੀ ਹੈ ਤੇ ਉਸ ਗੱਲ ਤੋਂ ਬਚ ਜਾਣਾ ਮੁਕਤੀ ਦੀ ਨਿਸ਼ਾਨੀ ਆ ਫਿਰ ਅੱਗੇ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਕਹਿੰਦੇ ਗਿਆਨ ਧਿਆਨ ਕਹਿੰਦੇ ਜਿਹੜਾ ਗਿਆਨ ਆ ਧਿਆਨ ਆ ਸਭ ਗੁਰ ਤੇ ਹੋਈ ਜਿੱਥੋਂ ਆਪਾਂ ਗੱਲ ਆਰੰਭ ਕੀਤੀ ਹੈ ਗੁਰੂ ਤੋਂ ਇਹ ਮਤ ਸਾਨੂੰ ਮਿਲ ਜਾਂਦੀ ਹੈ ਮਨ ਮਾਇਆ ਬੰਦੇਓ ਸਰਜਾਲ ਘਟ ਘਟ ਵਿਆਪ ਰਹਿਉ ਬੇਖ ਨਾਲ ਫਿਰ ਪਾਤਸ਼ਾਹ ਜੀ ਅਗਲੀ ਸਤਰ ਵਿੱਚ ਅਗਲੀ ਤੁਕ ਵਿੱਚ ਜ਼ਿਕਰ ਕਰਦੇ ਨੇ ਕਹਿੰਦੇ ਮਨ ਮਾਇਆ ਬੰਦੇਓ ਜਮ ਜਾਲ ਤੇ ਕਈ ਵਾਰ ਨਾ ਬੰਦਾ ਮਨ ਮਾਇਆ ਇੱਥੇ ਮਨ ਨੂੰ ਗੁਰੂ ਸਾਹਿਬ ਨੇ ਮਾਇਆ ਕਿਹਾ ਬੜੇ ਆਪਾ ਸੂਝਵਾਨ ਸਿਆਣੇ ਆ ਦਾਨੇ ਪੁਰਖ ਬੈਠੇ ਆ ਵੀ ਜਦੋਂ ਗੱਲ ਮਾਇਆ ਦੀ ਹੁੰਦੀ ਹੈ ਨਾ ਕਈ ਵਾਰ ਸਾਡੀ ਸੁਰਤ ਦੇ ਅੰਦਰ ਇੱਕ ਖਿਆਲ ਬਣ ਜਾਂਦਾ ਵੀ ਸ਼ਾਇਦ ਇਹ ਦੁਨਿਆਵੀ ਮਾਇਆ ਦੀ ਗੱਲ ਆ ਪਰ ਤੁਸੀਂ ਤਾਂ ਬੜੇ ਸਿਆਣੇ ਸੁਝਵਾ ਨੂੰ ਤੁਹਾਨੂੰ ਪਤਾ ਵੀ ਮਾਇਆ ਗੁਰੂ ਸਾਹਿਬ ਨੇ ਕਾਸ ਨੂੰ ਕਿਹਾ ਜਿਹੜੀ ਵਸਤੂ ਜਿਹੜੀ ਚੀਜ਼ ਸਾਨੂੰ ਪਰਮੇਸ਼ਰ ਮਾਲਕ ਪਰਮਾਤਮਾ ਨਾਲੋਂ ਤੋੜ ਦੇਵੇ ਉਹ ਮਾਇਆ ਬਸ ਕੁਝ ਵੀ ਹੋ ਸਕਦਾ ਉਹ ਤਾਂ ਇਥੇ ਗੁਰੂ ਸਾਹਿਬ ਨੇ ਕਿਹਾ ਮਨ ਮਾਇਆ ਤੇ ਕਈ ਵਾਰ ਤਾਂ ਸਾਨੂੰ ਮਾਨੀ ਗੁਰੂ ਨੂੰ ਤੋੜ ਦਿੰਦਾ ਹੈਗਾ ਮਨ ਤੋੜਦਾ ਨਾ ਮੰਨ ਲਓ ਸ਼ਾਮ ਦੇ ਵਕਤ ਦੋ ਸੱਜਣਾ ਨੇ ਰਹਿ ਕਰ ਲਈ ਵੀ ਆਪਾਂ ਨਾ ਇੱਕ ਕੰਮ ਕਰੀਏ ਯਾਰ ਪ੍ਰਣ ਕਰੀਏ ਰੋਜ਼ਾਨਾ ਅੰਮ੍ਰਿਤ ਵੇਲੇ ਗੁਰਦੁਆਰਾ ਸਾਹਿਬ ਜਾਇਆ ਕਰਾਂਗੇ ਤੇ ਟੜਕੇ ਮੰਨਨੇ ਕੀ ਕਿਹਾ ਰਹਿਣ ਦੇ ਰਹਿਣ ਦੇ ਕਿੱਥੇ ਜਾਏਗਾ ਉੱਠਣਾ ਔਖਾਗਾ ਕਿੰਨੀ ਸੋਹਣੀ ਨੀਂਦ ਆ ਛੱਡੇਗਾ ਨਾਵੇਂਗਾ ਜਾਵੇਂਗਾ ਲੋਟ ਨਹੀਂ ਆਉਣਾ ਤੇ ਹੁਣ ਮਾਇਆ ਕਿਸ ਰੂਪ ਦੇ ਵਿੱਚ ਪ੍ਰਭਾਵ ਪਾ ਗਈ ਮਨ ਦੇ ਰੂਪ ਵਿੱਚ ਮਾਇਆ ਨੇ ਸਾਨੂੰ ਗੁਰੂ ਤੱਕ ਮਨ ਰੂਪੀ ਮਾਇਆ ਨੇ ਗੁਰੂ ਤੱਕ ਅਪੜ ਨਹੀਂ ਦਿੱਤਾ ਸਾਨੂੰ ਪੁੱਜੋ ਭਲਾ ਹੁਣ ਮਾਇਆ ਕੌਣ ਆ ਤੇ ਜੇ ਗੁਰੂ ਪਾਤਸ਼ਾਹ ਤੋਂ ਆਪਾਂ ਸੁੱਧ ਗਿਆਨ ਲੈ ਲਈਏ ਤਾਂ ਇਸ ਗੱਲ ਦੀ ਸਾਨੂੰ ਸਮਝ ਆਊਗੀ ਵੀ ਹਾਂ ਗੁਰੂ ਸਾਹਿਬ ਕਿਸ ਚੀਜ਼ ਨੂੰ ਮਾਇਆ ਕਹਿੰਦੇ ਨੇ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਉ ਦੂਜਾ ਲਾਇਆ ਮਨ ਮਾਇਆ ਫਿਰ ਪਾਤਸ਼ਾਹ ਕਹਿੰਦੇ ਨੇ ਬੰਦਿਓ ਸਰ ਜਾਲ ਕਈ ਵਾਰ ਮਾਇਆ ਸਾਨੂੰ ਨਾ ਇਨ੍ਹਾਂ ਚੱਕਰਾਂ ਦੇ ਵਿੱਚ ਬੰਨ ਲੈਂਦੀ ਹੈ ਘਟ ਘਟ ਵਿਆਪ ਰਿਹਾ ਵੇਖ ਨਾਨਕ ਜੋ ਆਂਜੈ ਸੋ ਦੇਸੈ ਕਾਲ ਕਾਰਜ ਸਿੱਧੋ ਰਿਧੈ ਸੰਭਾਲ ਕਹਿੰਦੀ ਜਦੋਂ ਤੂੰ ਗੁਰੂ ਦੇ ਗਿਆਨ ਅਧੀਨ ਹੋ ਗਿਆ ਤਾਂ ਉਹ ਮਾਲਕ ਨੇ ਐਸੀ ਬਖਸ਼ਿਸ਼ ਐਸੀ ਕਿਰਪਾ ਕਰਨੀ ਆ ਕਿ ਤੇਰੇ ਸਾਰੇ ਕਾਰਜ ਨਾ ਉਹਨੇ ਆਪ ਹੀ ਸਫਲ ਕਰ ਦੇ ਦੇ ਨੇ ਆਪਾਂ ਪਿੱਛੇ ਸੁਣਿਆ ਨਾ ਗਿਆਨ ਧਿਆਨ ਸਭ ਗੁਰਤੇ ਹੋਈ ਹੁਣ ਜਦੋਂ ਗੁਰੂ ਕੋਲੇ ਆਵਾਂਗੇ ਤੇ ਗੁਰੂ ਨੇ ਸਾਨੂੰ ਇਹ ਗਿਆਨਪ ਦੇ ਦੇਣੀ ਆ ਵੈਸੇ ਗੁਰੂ ਤਾਂ ਨਾ ਗੁਰੂ ਕੋਲੇ ਕੋਈ ਵੀ ਆ ਜੇ ਚਾਹੇ ਛੋਟਾ ਆਵੇ ਚਾਹੇ ਵੱਡਾ ਆਵੇ ਚਾਹੇ ਅਮੀਰ ਆਵੇ ਚਾਹੇ ਗਰੀਬ ਆਵੇ ਸਭ ਨੂੰ ਗੁਰੂ ਗਿਆਨ ਦੀ ਦਾ ਦਿੰਦਾ ਹੈਗਾ ਬਾਬੇ ਨਾਨਕ ਦਾ ਸੁਭਾਤਾ ਬਹੁਤ ਜ਼ਿਆਦਾ ਵਧੀਆ ਹੋ ਸਕਦਾ ਬਾਬੇ ਨਾਨਕ ਦੇ ਜਿਹੜੇ ਸੁਗਰਦ ਨੇ ਸਿੱਖ ਨੇ ਵਿਦਿਆਰਥੀ ਨੇ ਉਹਨਾਂ ਦਾ ਸੁਭਾ ਚੰਗਾ ਨਾ ਹੋਵੇ ਉਹ ਅਲੱਗ ਗੱਲ ਆ ਪਰ ਬਾਬੇ ਨਾਨਕ ਦੇ ਸੁਭਾਚਤਾ ਨਾ ਬਿਲਕੁਲ ਹੀ ਕਮੀ ਨਹੀਂ ਹੈ ਜੇ ਆਪਾਂ ਨਾ ਥੋੜੀ ਜਿਹਾ ਆਪਣੇ ਦਿਮਾਗ ਦੇ ਨਾਲ ਇਸ ਗੱਲ ਨੂੰ ਸੋਚ ਗਏ ਫੀਲ ਕਰ ਗਏ ਵੀ ਆਪਾਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚੋਂ ਕਮਾ ਲੱਭਣੀਆਂ ਗੁਣਤਾ ਦੇਖੋ ਗੁਰਨਾਨਕ ਸਾਹਿਬ ਦੇ ਜੀਵਨ ਚ ਹੀ ਹੈ ਨਾ ਗੁਣਾ ਦੀ ਤਾਂ ਕੋਈ ਘਾਟ ਨਹੀਂ ਹੈ ਜੋ ਆਪਾਂ ਸੋਚ ਲਈਏ ਵੀ ਆਪਾਂ ਕਮੀ ਲੱਭਣੀ ਆ ਗੁਰੂ ਨਾਨਕ ਸਾਹਿਬ ਦੇ ਜੀਵਨ ਚੋਂ ਨਾ ਕਮੀ ਖਾਮੀ ਲੱਭਣੀ ਆ ਸ਼ਾਇਦ ਦੁਨੀਆ ਦੇ ਵਿੱਚ ਰਹਿੰਦੇ ਹੋયા ਸਾਨੂੰ ਗੁਰੂ ਨਾਨਕ ਸਾਹਿਬ ਦੇ ਜੀਵਨ ਚੋਂ ਕਮੀ ਨਹੀਂ ਮਿਲਣੀ ਕੋਈ ਕਿਤੇ ਵੀ ਕਮੀ ਗੁਰੂ ਨਾਨਕ ਸਾਹਿਬ ਦੇ ਜੀਵਨ ਚੋਂ ਕਮੀ ਤਾਂ ਕੀ ਮਿਲਣੀ ਆ ਗੁਰੂ ਨਾਨਕ ਸਾਹਿਬ ਦੇ ਔਰ ਰੋਮ ਚੋਂ ਵੀ ਸਾਨੂੰ ਕਮੀ ਨਹੀਂ ਮਿਲਣੀ ਕੋਈ ਰੋਮ ਚੋਂ ਰੋਮ ਸਮਝਦੇ ਹਨ ਨਾ ਤਨ ਤੇ ਪੁੰਗਰਿਆ ਹੋਇਆ ਵਾਲ ਤਨ ਤੇ ਪੁੰਗਰੇ ਹੋਏ ਵਾਲ ਦੇ ਵਿੱਚੋਂ ਵੀ ਕੋਈ ਕਮੀ ਨਹੀਂ ਮਿਲਣਗੀ ਇੰਨਾ ਵਧੀਆ ਜੀਵਨ ਅੰਦਾ ਇਸੇ ਕਰਕੇ ਬਾਬੇ ਨਾਨਕ ਨੇ ਨਾ ਜੋ ਗੁਰਨਾਨਕ ਪਾਤਸ਼ਾਹ ਦੀ ਸਰਨ ਵਿੱਚ ਆਇਆ ਜੋ ਵੀ ਆਇਆ ਆਉਣ ਤੋਂ ਭਾਵ ਚਾਹੇ ਕੋਈ ਗੁਰਨਾਨਕ ਸਾਹਿਬ ਕੋਲੇ ਚੱਲ ਕੇ ਗਿਆ ਤੇ ਚਾਹੇ ਗੁਰਨਾਨਕ ਸਾਹਿਬ ਅਗਲੇ ਕੋਲੇ ਚੱਲ ਕੇ ਗਿਆ ਸਭ ਨੂੰ ਗਿਆਨ ਦੀ ਦਾਤ ਦਿੱਤੀ ਆ ਇੱਕ ਗੱਲ ਹੋਰ ਧਿਆਨ ਚ ਰੱਖਿਓ ਦੁਨੀਆਂ ਦੇ ਬਾਬਿਆਂ ਦਾ ਰਵਾਜ ਆ ਇਹਨਾਂ ਦੀ ਰੀਤੀ ਆ ਕਿਹੜੀ ਰੀਤੀ ਆ ਜਦੋਂ ਇਹ ਆਪਣੇ ਡੇਰੇ ਚਲਾਉਂਦੇ ਆ ਨਾ ਜਿਹੜਾ ਵੀ ਇਹਨਾਂ ਕੋਲੇ ਗਿਆ ਕੋਈ ਵੀ ਗਿਆ ਇਹਨਾਂ ਨੇ ਬੰਦੇ ਦੀ ਪੂਰੀ ਦੀ ਪੂਰੀ ਡਿਟੇਲ ਲੈਣੀ ਆ ਆਪਣੇ ਚੇਲਿਆਂ ਤੋਂ ਵੀ ਜਿਹੜਾ ਆ ਰਿਹਾਗਾ ਉਹਦੇ ਬਾਰੇ ਸਾਨੂੰ ਦੱਸੋ ਪਹਿਲਾਂ ਕੌਣ ਆ ਕਿਵੇਂ ਆ ਮੰਨ ਲਓ ਕੋਈ ਅਮੀਰ ਜਾ ਰਿਹਾਗਾ ਚੇਲਿਆਂ ਨੇ ਡਿਟੇਲ ਦੇਤੀ ਰਿਪੋਰਟ ਭੇਜਤੀ ਪਹਿਲਾਂ ਵੀ ਕਾਫੀ ਤਕੜਾਗਾ ਚਾਹੀਦਾ ਕੀ ਇਹਨੂੰ ਇਹਨੂੰ ਚਾਹੀਦਾ ਕੁਛ ਨਹੀਂ ਇਦੇ ਕੋਲ ਤਾਂ ਪਹਿਲੀ ਬਹੁਤ ਕੋਸ਼ ਆ ਇਹ ਤੋਂ ਲੈਣਾ ਹੀ ਆਪਾਂ ਦਾ ਤੇ ਕਰਨਾ ਕੀ ਉਹਦੇ 'ਚ ਇਹਨੂੰ ਅਸੀਸਾਂ ਦੇਣੀਆਂ ਫੋਕੀਆਂ ਇੱਕ ਤਾਂ ਅਸੀਸ ਬਾਬਾ ਨਾਨਕ ਦਿੰਦਾ ਨਾ ਦੇਹੋ ਸੱਜਣ ਅਸੀਸੜੀਆਂ ਤੇ ਬਾਬਾ ਨਾਨਕ ਅਸੀਸ ਕਿਹੜੀ ਦਿੰਦਾਗਾ ਜਿਉਂ ਹੋਵੇ ਸਾਹਿਬ ਸਿਓ ਮੇਲ ਤੇਰਾ ਰੱਬ ਨਾਲ ਮੇਲ ਹੋਵੇ ਭਾਈ ਬਾਬੇ ਨਾਨਕ ਨੇ ਆ ਅਸੀਸ ਦਿੱਤੀ ਆ ਸਾਨੂੰ ਇੱਕ ਕੋਈ ਪਖੰਡੀ ਅਸੀਸ ਦਿੰਦਾਗਾ ਉਹ ਪਖੰਡੀ ਦਾ ਅਸੀਸ ਦੇਣ ਦਾ ਮਿਸ਼ਨ ਕੀ ਆ ਸਿਰਫ ਤੇ ਸਿਰਫ ਸਾਨੂੰ ਲੁੱਟਣਾ ਨੰਬਰ 2 ਅਪ ਛੋਟੀ ਜੀ ਗੱਲ ਹੀ ਕਰਨੀ ਆ ਵੱਡੀ ਨਹੀਂ ਕਰਨੀਗੀ ਨੰਬਰ 2 ਤੇ ਕੋਈ ਮੱਧ ਵਰਗ ਦਾ ਜਾਂ ਗਰੀਬ ਜਾ ਰਿਹਾਗਾ ਹੁਣ ਬਾਬੇ ਕੋਲ ਡਿਟੇਲ ਪਹੁੰਚ ਗਈ ਡਿਟੇਲ ਪਹੁੰਚ ਗਈ ਨਾ ਦੁਖੀ ਬਹੁਤ ਆ ਜਿਹੜਾ ਤੇਰੇ ਕੋਲ ਆ ਰਿਹਾ ਚਾਹੀਦਾ ਕੀ ਇਹਨੂੰ ਇਹਦੇ ਕੋਲ ਘਰ ਹੈ ਹੀ ਨਹੀਂ ਇਦੀ ਰਸੋਈ 'ਚ ਆਟਾ ਹੈ ਨਹੀਂ। ਇਹਦੇ ਕੋਲੇ ਕੱਪੜੇ ਹੈ ਨਹੀਂਗੇ। ਇਹਦੇ ਕੋਲੇ ਨਾ ਪੈਸਿਆਂ ਦੀ ਕਮੀ ਆ। ਪਹਿਲੇ ਕੋਲੇ ਤਾਂ ਸੀ ਉਨ ਤਾਂ ਝੂਠੀਆਂ ਅਸੀਸਾਂ ਦੇ ਕੇ ਲੁੱਟ ਲਿਆ। ਤੇ ਜਿਹੜਾ ਦੂਜਾ ਆ ਉਹ ਮਧ ਵਰਗ ਦਾ ਆਮ ਬੰਦਾ ਵਾਗਿਆ ਤੇ ਉਹਨੂੰ ਉਹਨੂੰ ਆਪਣੇ ਵੱਲੋਂ ਉਹੋ ਜਿਹਾ ਕੁਝ ਦੇ ਦਿੱਤਾ ਜਿਹੜਾ ਉਹਨੂੰ ਲੋੜੀਦਾ ਸੀ। ਤੇ ਬਾਬੇ ਦਾ ਡੇਰਾ ਦਿਨਾਂ 'ਚ ਹੀ ਖੜਾ ਹੋ ਗਿਆ। ਇਹ ਤਰੀਕਾ ਹੁੰਦਾ ਦਾ। ਭਾਵੇਂ ਜਿਹੜੇ ਮਰਜ਼ੀ ਡੇਰੇ ਦੇ ਇਨਕੁਆਰੀ ਕਰ ਲੋ ਤੁਹਾਡੇ ਅਰਦ ਗਰਦਾਸੇ ਪਾਸੇ ਪਿੰਡਾਂ 'ਚ ਬੜੇ ਨੇ ਜਿੱਥੇ ਮਰਜ਼ੀ ਨਿਗਾਹ ਮਾਰ ਕੇ ਵੇਖ ਲੋ ਇਹਨਾਂ ਦੀਆਂ ਏਦਾਂ ਦੀਆਂ ਰੀਤੀਆਂ ਬਣਾਈਆਂ ਹੁੰਦੀਆਂ ਨਹੀਂ ਆ। ਅੱਛਾ ਹੁਣ ਆਪਾਂ ਗੱਲ ਕਿੱਥੇ ਲੈ ਕੇ ਹੋਣੀਆਂ ਗੁਰੂ ਨਾਨਕ ਸਾਹਿਬ ਤੇ। ਹੁਣ ਗੁਰੂ ਨਾਨਕ ਸਾਹਿਬ ਦਾ ਜਿਹੜਾ ਇੱਕ ਮਿਸ਼ਨ ਆਪਾਂ ਪਹਿਲਾਂ ਆਰੰਭਤਾ ਦੇ ਵਿੱਚ ਵੀ ਸੁਣ ਲਿਆ। ਉਹਨਾਂ ਦਾ ਮਿਸ਼ਨ ਇੱਕੋ ਹੀ ਆ ਜੋ ਮਰਜ਼ੀ ਆਵੇ। ਗੁਰੂ ਨਾਨਕ ਨੇ ਸਭ ਨੂੰ ਦੋ ਚੀਜ਼ਾਂ ਦਿੱਤੀਆਂ ਨੇ ਦੋ ਚੀਜ਼ਾਂ ਦਿੱਤੀਆਂ ਨੇ ਗੁਰੂ ਨਾਨਕ ਨੇ ਸਭ ਨੂੰ ਕੋਈ ਅਮੀਰ ਆਇਆ ਉਹਨੂੰ ਵੀ ਉਹੀ ਚੀਜ਼ ਕੋਈ ਗਰੀਬ ਆਇਆ ਉਹਨੂੰ ਵੀ ਉਹੀ ਚੀਜ਼ ਆ ਪਖੰਡੀ ਨੇ ਤਾਂ ਬਦਲ ਕੇ ਕੰਮ ਕੀਤਾ ਸੀ ਨਾ ਅਮੀਰ ਗਰੀਬ ਦੇਖ ਕੇ ਅਮੀਰ ਆਇਆ ਉਹਨੂੰ ਫੋਕੀਆਂ ਅਸੀਸਾਂ ਦਿੱਤੀਆਂ ਕਿਉਂਕਿ ਉਹਨੂੰ ਦਾਣੇ ਫੱਕੇ ਤਾਂ ਲੋੜ ਹੀ ਨਹੀਂ ਹੈ ਗਰੀਬ ਆਇਆ ਕੋਈ ਉਹਨੂੰ ਉਹ ਜਾ ਟਾ ਕੋਟਾ ਦਿੱਤਾ ਲੈ ਜਾ ਕੋਈ ਨਾ ਭਾਈ ਤੇਰਾ ਘਰ ਪਵਾਇਆ ਵਾਂਗੇ ਭੇਜ ਦਿੰਨੇ ਆ ਬਾਬੇ ਦੀਆਂ ਬੋਟਾਂ ਵਧੀਆਂ ਥੋੜੇ ਟਾਈਮ ਚ ਬਾਬੇ ਦਾ ਡੇਰਾ ਵੱਡਾ ਸਾਰਾ ਬਣ ਗਿਆ ਹੁਣ ਗੁਰਨਾਨਕ ਸਾਹਿਬ ਨੇ ਕਿਸੇ ਦਾ ਮਾਫ ਕਰਨਾ ਇਸ ਗੱਲ ਨੂੰ ਗਲਤ ਨਾ ਫੀਲ ਕਰਿਓ ਵੀ ਕਿਸੇ ਦਾ ਘਰ ਨਹੀਂ ਪਵਾਇਆ ਘਰ ਪਵਾਉਣਾ ਅਲੱਗ ਚੀਜ਼ ਆ ਘਰ ਬਸਾਉਣਾ ਅਲੱਗ ਚੀਜ਼ ਆ ਬਾਬੇ ਨਾਨਕ ਨੇ ਘਰ ਨਹੀਂ ਪਵਾਇਆ ਬਾਬੇ ਨਾਨਕ ਨੇ ਘਰ ਬਸਾਇਆ ਜੇਦੋਂ ਘਰ ਬਸ ਜਾਵੇ ਨਾ ਬਣਤਾ ਪਈ ਜਾਂਦਾ ਹੁੰਦਾਗਾ ਤੇ ਜੇ ਘਰ ਪਵਾਤਾ ਵਿੱਚ ਬਸਣ ਵਾਲਾ ਕੋਈ ਨਾ ਹੋਵੇ ਤੇ ਫਿਰ ਘਰ ਬਣਾਏ ਦਾ ਫਾਇਦਾ ਵੀ ਦੱਸੋ ਭਲਾ ਕੀ ਆ ਸਮਝ ਗਏ ਨਾ ਬਾਬਾ ਨਾਨਕ ਘਰ ਬਸਾਉਂਦਾ ਪਵਾਉਂਦਾ ਨਹੀਂ ਹੁਣ ਪਖੰਡੀਆਂ ਨੇ ਘਰ ਤਾਂ ਬੜੇ ਪਵਾਤੇ ਪਰ ਵਿੱਚ ਬਸਣ ਵਾਲੇ ਕੌਣ ਆ ਅਗਲਿਆਂ ਦੀਆਂ ਔਰਤਾਂ ਤੇ ਆਪ ਕਬਜ਼ਾ ਕਰ ਲਿਆ ਧੀਆਂ ਤੇ ਆਪ ਕਬਜ਼ਾ ਕਰ ਲਿਆ ਜ਼ਮੀਨਾਂ ਤੇ ਆਪ ਕਬਜ਼ਾ ਕਰ ਲਿਆ ਆਪਣੇ ਨਾਂ ਲਵਾ ਲਈਆਂ ਤੇ ਇਹ ਗੁਰੂ ਨਾਨਕ ਸਾਹਿਬ ਨੇ ਗੱਲ ਬਾਣੀ ਚ ਲਿਖੀ ਹੋਈ ਆ ਗਲ ਸਾਢੇ ਤੈਤ ਹੈ ਗਲ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਵਾਗਾ ਉਹ ਇਸ ਹਰ ਕੇ ਸੰਤਨਾਖੀ ਹੈ ਬਨਾਰਸ ਕੇ ਠੱਗ ਪੂਰੀ ਡਿਟੇਲ ਚ ਦਿੱਤੀ ਵੀ ਆ ਵੀ ਕਰਦੇ ਕੀ ਨਗੇ ਚਲੋ ਇਹਦੇ ਬਾਰੇ ਤੁਸੀਂ ਜਾਣਦੇ ਹੋ ਹੁਣ ਬਾਬੇ ਨਾਨਕ ਨੇ ਨਹੀਂ ਇਹ ਕੰਮ ਕੀਤਾ ਉਹਨੇ ਤਾਂ ਜਿਹੜਾ ਵੀ ਆਇਆ ਨਾ ਦੋ ਚੀਜ਼ਾਂ ਹੀ ਵੰਡੀਆਂ ਨੇ ਇੱਕ ਪਿਆਰ ਇੱਕ ਗਿਆਨ ਪਿਆਰ ਵੀ ਬਹੁਤ ਜ਼ਿਆਦਾ ਵੰਡਿਆ ਬਾਬੇ ਨਾਨਕ ਨੇ ਤੇ ਗਿਆਨ ਵੀ ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ ਮਹਾਨ ਵਿਅਕਤੀ ਹੋਇਆ ਵੈਸੇ ਤਾਂ ਕੱਲ ਦਾ ਜਿਹੜਾ ਮਨਮਤੀ ਦਿਨ ਲੰਘਿਆ ਨਾ ਉਹਦੇ ਸਬੰਧ ਚ ਵੀ ਆਪਾਂ ਦਸ਼ਰਥ ਦੇ ਪੁੱਤ ਰਾਮਚੰਦਰ ਦੇ ਨਾਲ ਜੁੜੀਆਂ ਵੀ ਗੱਲਾਂ ਨੇ ਵੀ ਘਰੇ ਵਾਪਸ ਪਰਤੇ ਸੀ ਨਾ ਰਾਜਾ ਸੀ ਉਹਨਾਂ ਕੋਲੇ ਵੀ ਗਿਆਨ ਨਹੀਂ ਸੀ ਆ ਰਾਮ ਨਾ ਸੱਚੀ ਜੀ ਗੱਲ ਕਰੀਏ ਆਪਾਂ ਰਾਮ ਰਾਮਚੰਦਰ ਜਿਹਦੀ ਕੱਲ ਪੂਜਾ ਕੀਤੀ ਹੈ ਲੋਕਾਂ ਨੇ ਰਾਮਚੰਦਰ ਰਾਵਣ ਦੇ ਤੇ ਜਿਹਦੀ 15 ਦਿਨ ਪਹਿਲਾਂ ਨਖੇਦੀ ਕੀਤੀ ਸੀ ਲੋਕਾਂ ਨੇ ਕੌਣ ਸੀ ਉਹ ਰਾਵਣ ਸੀ ਜਿਹਦੇ ਪੁਤਲੇ ਬਣਾ ਕੇ ਸਾਡੇ ਸੀ ਵੈਸੇ ਤਾਂ ਲੋਕ ਸਿਆਣੇ ਹੋ ਗਏ ਹੁਣ ਰਾਵਣ ਦੇ ਰੋਮ ਵਰਗਾ ਵੀ ਨਹੀਂ ਹੈ ਬੜਾ ਜ ਨਹੀਂ ਹੈ ਇਹ ਫਰਕ ਆ RAM ਰਾਵਣ ਦੇ ਰੋਮ ਵਰਗਾ ਵੀ ਨਹੀਂ ਹੈ ਕਦੇ ਗੱਲ ਨੂੰ ਪੂਰਾ ਕੰਪੈਰੀਸ਼ਨ ਕਰਕੇ ਵੇਖੋ ਆਪਸ ਵਿੱਚ ਤੋਲ ਨਾਪ ਕੇ ਵੇਖੋ ਪਰ ਉਲਟ ਰੀਤ ਰਾਵਣ ਨੂੰ ਲੋਕ ਫੁਕੀ ਜਾਂਦੇ ਤੇ ਰਾਵਣ ਨੂੰ ਆਰਾਮ ਨੂੰ ਪੂਜੀ ਜਾਂਦੇ ਆ ਉਲਟ ਕਹਾਣੀ ਹੋ ਗਈ ਰਾਵਣ ਕੋਲੇ ਗਿਆਨ ਬਹੁਤ ਜ਼ਿਆਦਾ ਸੀ ਬਾਬੇ ਨਾਨਕ ਨੇ ਬਾਣੀ ਚ ਲਿਖਿਆ ਬਹੁਤ ਜ਼ਿਆਦਾ ਗਿਆਨ ਸੀ ਪਰ ਬਾਬੇ ਨਾਨਕ ਨਾਲੋਂ ਘੱਟ ਸੀ ਗਿਆਨ ਬਹੁਤ ਜ਼ਿਆਦਾ ਸੀ ਉਹਦੇ ਕੋਲੇ ਪਰ ਬਾਬੇ ਨਾਨਕ ਨਾਲੋਂ ਘੱਟ ਗਿਆ ਉੱਥੇ ਆ ਕੇ ਪੋਜੀਸ਼ਨ ਡਾਊਨ ਪੈ ਗਈ ਉਹਦੇ ਮੁਕਾਬਲੇ ਚ ਨਹੀਂ ਖੜ ਸਕਿਆਗਾ ਫਰਕ ਪੈ ਗਿਆ ਚਲੋ ਮੇਰੇ ਕਹਿਣ ਤੋਂ ਭਾਵੇਂ ਹਵਾਲਾ ਦੇਣ ਤੋਂ ਭਾਵੇਂ ਕਿ ਦੁਨੀਆਂ ਦਾ ਚਾਹੇ ਵਿਸ਼ਨੂੰ ਆ ਬ੍ਰਹਮਾ ਚਾਹੇ ਰਾਮ ਆ ਚਾਹੇ 라ਵਣ ਆ ਚਾਹੇ ਕੋਈ ਵੀ ਆ ਪਰ ਬਾਬੇ ਨਾਨਕ ਨੇ ਨਾ ਦੁਨੀਆਂ ਦੇ ਵਿੱਚ ਗਿਆਨ ਬੜਾ ਵੰਡਿਆ ਤੇ ਬਾਬੇ ਨਾਨਕ ਕੋਲੇ ਗਿਆਨ ਨਾ ਅੱਜ ਤੱਕ ਦਾ ਰਿਕਾਰਡ ਵੀ ਸਭ ਤੋਂ ਵੱਧ ਗਿਆਨੀ ਗਿਆਨਵਾਨ ਗੁਰੂ ਨਾਨਕ ਸਾਹਿਬ ਹੋਇਆ ਹੈ ਚਲੋ ਜਿਹੜੀ ਆਪਣੀ ਗੱਲ ਚੱਲਦੀ ਸੀ ਵੀ ਗੁਰੂ ਨਾਨਕ ਸਾਹਿਬ ਨੇ ਆਪਣੇ ਵੱਲੋਂ ਕਿਤਾ ਗਿਆਨ ਵੰਡਿਆ ਕੋਈ ਜਿਹੜੀ ਚੀਜ਼ ਬੰਦੇ ਕੋਲੇ ਹੁੰਦੀ ਹੈ ਬੰਦਾ ਉਹੀ ਵੰਡਦਾ ਤੇ ਜਿਹੜੀ ਚੀਜ਼ ਹੈ ਨਹੀਂ ਤੇ ਬੰਦਾ ਕਦੇ ਨਹੀਂ ਵੰਡ ਸਕਦਾਗਾ ਤੇ ਦੂਜੀ ਗੱਲ ਗੁਰੂ ਨਾਨਕ ਸਾਹਿਬ ਨੇ ਵੰਡਿਆ ਪਿਆਰ ਭਾਵੇਂ ਕੋਈ ਆਪਣੀ ਗੱਲ ਚੱਲ ਰਹੀ ਸੀ ਕੋਈ ਕੋਲੇ ਆ ਗਿਆ ਤੇ ਚਾਹੇ ਗੁਰੂ ਨਾਨਕ ਸਾਹਿਬ ਕਿਸੇ ਕੋਲੇ ਵਾਗੇ ਇਦੇ 'ਚ ਕੋਈ ਮਤਲਬ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਨੇ ਇੱਕ ਥਾਂ ਦੀ ਬਹਿ ਕੇ ਕੰਮ ਕਰਨਾ ਗੁਰੂ ਨਾਨਕ ਸਾਹਿਬ ਕਹਿੰਦਾ ਕੋਈ ਨਾ ਤੁਹਾਡੇ ਕੋਲੇ ਟਾਈਮ ਨਹੀਂ ਨਾ ਮੈਂ ਤੁਹਾਡੇ ਘਰੇ ਆ ਜਾਊਂਗਾ ਜਿੱਥੇ ਤੁਸੀਂ ਰਹਿੰਦੇ ਹੋ ਮੈਂ ਉੱਥੇ ਆ ਜਾਊਂਗਾ ਪਰ ਤੁਸੀਂ ਗਿਆਨ ਲੈ ਲਿਓ ਮੈਨੂੰ ਮਤਲਬ ਕੋਈ ਨਹੀਂ ਵੀ ਮੈਂ ਤੁਹਾਡੇ ਘਰੇ ਆ ਗਿਆ ਤੇ ਮੇਰੀ ਹੀਠੀ ਇਹਦੇ 'ਚ ਕੋਈ ਨਾ 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 ਕੋਈ ਨਾ ਮੈਂ ਤੁਹਾਡੇ ਘਰੇ ਆ ਜਾਊਂਗਾ ਪਰ ਤੁਸੀਂ ਗਿਆਨ ਦੀ ਦਾਤ ਪ੍ਰਾਪਤ ਕਰ ਲਿਓ ਲੈ ਲਿਓ ਪੁੱਤ ਹੁਣ ਇਥੋਂ ਸਿੱਧ ਹੋ ਗਿਆ ਬਾਬੇ ਨਾਨਕ ਨੇ ਦੋ ਚੀਜ਼ਾਂ ਵੰਡੀਆਂ ਫਰਬਾਣੀ 'ਚ ਵੀ ਲਿਖਿਆ ਨਾ ਜੋ ਸ਼ਰਨ ਆਵੇ ਤੇਸ ਕੰਠ ਲਾਵੇ ਹੁਣ ਗੱਲ ਨਾ ਲਾਉਣਾ ਔਖਾ ਭਾਈ ਠੀਕ ਹੈ ਨਾ ਕਹਿਣਾ ਵੜਾ ਸੌਖਾ ਗਾ ਪਰ ਗੱਲ ਨਾ ਲਾਉਣਾ ਔਖਾ ਬਹੁਤ ਆ ਜੋ ਸ਼ਰਨ ਆਵੇ ਤੇਸ ਕੰਠ ਲਾਵੇ ਇਹ ਵਿਰਧ ਸwami ਸੰਦਾ ਇਹ ਮੇਰੇ ਮਾਲਕ ਦਾ ਮੁੱਢ ਕਦੀਮਾ ਤੋਂ ਸੁਭਾਗ ਜਿਵੇਂ ਕਿ ਆਪਣੀ ਗੱਲ ਚੱਲਦੀ ਹੈ ਗਿਆਨ ਧਿਆਨ ਸਭ ਗੁਰ ਤੇ ਹੋਈ ਬਗਦਾਦ ਦੇ ਵਿੱਚ ਨਾ ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰਕ ਦੌਰੇ ਸਮੇ ਚਲੇ ਗਏ ਉਥੋਂ ਦਾ ਇੱਕ ਰਾਜਾ ਵੀ ਆ ਤੇ ਇੱਕ ਧਰਮੀ ਪੁਰਖ ਵੀ ਹੈ ਜਿਹਦਾ ਨੋ ਦਸਤਗੀਰ ਲਿਖਿਆਗਾ ਇਤਿਹਾਸ ਨੇ ਬਹਿਲੋਲ ਦਸਤਗੀਰ ਹੁਣ ਜਦੋਂ ਗੁਰਨਾਨਕ ਸਾਹਿਬ ਨੇ ਨਾ ਜਾ ਕੇ ਅੰਮ੍ਰਿਤ ਵੇਲੇ ਜਾਨੀ ਕਿ ਇਉਂ ਕਹਿ ਲੋ ਆਪਾਂ ਆਪਣੇ ਮਨ ਦੀ ਇੱਛਾ ਮੁਤਾਬਕ ਵੀ 2:30 ਵਜੇ ਉੱਚੀ ਬੋਲ ਦੇ ਵਿੱਚ ਬਾਗ ਦਿੱਤੀ ਆਵਾਜ਼ ਦਿੱਤੀ ਕੀ ਆਵਾਜ਼ ਦਿੰਦੀ ਹੈਗੀ ਸਤਨਾਮ ਸ੍ਰੀ ਵਾਹਿਗੁਰੂ ਆਵਾਜ਼ ਦਿੰਦੀ ਹੈ ਨਾ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਆਵਾਜ਼ ਦਿੰਦੀ ਹੈ ਨਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਆਵਾਜ਼ ਦਿੰਦੀ ਹੈ ਨਾ ਭਾਵ ਕੀ ਇਸ ਦੁਨੀਆ ਦੇ ਵਿੱਚ ਇੱਕ ਪਰਮਾਤਮਾ ਹੀ ਆ ਸਾਰੇ ਆਪਾ ਪਰਮਾਤਮਾ ਦੇ ਨੂਰ ਆ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਚਲੋ ਕਹਿਣ ਤੋਂ ਭਾ ਬਾਬੇ ਨਾਨਕ ਨੇ ਸੱਚੀ ਬਾਣੀ ਦੀ ਆਵਾਜ਼ ਦਿੱਤੀ ਕੁਦਰਤੀ ਗੱਲ ਆ ਵੀ ਉਸ ਟਾਈਮ ਤੇ ਜਿਹੜੀ ਸਵੇਰ ਦੀ ਆਵਾਜ਼ ਆ ਉਹ ਬਹੁਤ ਦੂਰ ਤੱਕ ਸੁਣਾਈ ਦਿੰਦੀ ਆ ਤੇ ਇਹ ਆਵਾਜ਼ ਚਾਹੇ ਲੋਕਾਂ ਰਾਹੀਂ ਚاہے ਸਿੱਧੇ ਤੌਰ ਤੇ ਦਸਤਗੀਰ ਦੇ ਕੰਨਾਂ 'ਚ ਪੈ ਗਈ ਜਿੱਦੋਂ ਦਸਤਗੀਰ ਦੇ ਕੰਨਾਂ 'ਚ ਪਈ ਆ ਨਾ ਦਸਤਗੀਰ ਮੌਕੇ ਦਾ ਰਾਜਾ ਵੀ ਆ ਧਰਮੀ ਵੀ ਆ ਦੋਨੇ ਕੰਮ ਹੀ ਆ ਚ ਪੀਰ ਵੀ ਐ ਇਹ ਤੇ ਇਹ ਰਾਜਾ ਵੀ ਆ ਇਹਨੇ ਆਪਣੇ ਫੈਸਲੇ ਵੀ ਆਪ ਕਰਨੇ ਨੇ ਜੋ ਦੁਨੀਆ ਦੇ ਵਿੱਚ ਮੰਦੇ ਚੰਗੇ ਕੰਮ ਹੁੰਦੇ ਨੇ ਤੇ ਇਹਨੇ ਆਪਣੀ ਧਰਮਾਂ ਵਾਲੀ ਜਿਹੜੀ ਲਾਈਨ ਆ ਉਹ ਵੀ ਲੋਕਾਂ ਨੂੰ ਸੇਹ ਦਾ ਜਿਹੜੀ ਦੇਣੀ ਆ ਹੁਣ ਇਹਨੇ ਹੁਕਮ ਕਰਤਾ ਰਾਜਾ ਸੀ ਨਾ ਕਹਿੰਦਾ ਵੀ ਜਿੱਥੋਂ ਇਹ ਆਵਾਜ਼ ਆਈ ਹੈ ਜਾ ਕੇ ਪਤਾ ਕਰੋ ਕੌਣ ਆ ਸਾਡੇ ਇਸ ਜਗਤ ਵਿੱਚ ਸਾਡੇ ਇਸ ਸਮਾਜ ਦੇ ਵਿੱਚ ਆ ਕੇ ਕੋਈ ਕਾਫਰ ਗਲਤ ਬੋਲ ਰਿਹਾਗਾ ਜਾਨੀ ਕਿ ਬਾਬੇ ਨਾਨਕ ਨੂੰ ਦਸਤਗੀਰ ਨੇ ਆਪਣੇ ਵੱਲੋਂ ਕਾਫਰ ਕਿਹਾ ਗਲਤ ਕਿਹਾ ਕੋੜੇ ਮਾਰੋ ਜਾ ਕੇ ਰੋੜੇ ਮਾਰੋ ਜਿਹੇ ਉਦਾਂ ਦੀ ਵਿਚਾਰ ਦਿੱਤੀ ਨਾ ਤੇ ਸਚਾਈ ਆ ਵੀ ਇਸੇ ਤਰ੍ਹਾਂ ਦੀ ਗੱਲ ਹੋਣੀ ਸੁਭਾਵਿਕ ਆ ਰਾਜੇ ਦਾ ਹੁਕਮ ਆਗਾ ਉਦੋਂ ਦਾ ਬਾਬੇ ਨਾਨਕ ਨੇ ਬਾਣੀ 'ਚ ਵੀ ਲਿਖਿਆ ਨਾ ਕੋਈ ਕਹੈ ਭੂਤ ਨਾ ਕੋ ਕਹੈ ਬਤਾਲਾ ਪਰ ਬਾਬਾ ਨਾਨਕ ਵੰਡਦਾ ਕੀ ਆ ਗਿਆਨ ਤੇ ਪਿਆਰ ਬਾਬੇ ਨਾਨਕ ਨੇ ਚਲੋ ਅਪ ਸ਼ਬਦ ਵੀ ਸੁਣ ਲੇ ਸੁਣ ਲੇ ਨਾ ਤੇ ਰੋੜੇ ਵੀ ਖਾਲੇ ਬਾਬਾ ਨਾਨਕ ਕਹਿੰਦਾ ਕੋਈ ਗੱਲ ਨਹੀਂ ਸ਼ਵਾਸ਼ੇ ਤੁਸੀਂ ਸਾਡੇ ਰੋੜੇ ਮਾਰਿਓ ਧੰਨਵਾਦ ਕੁਛ ਦਿੱਤਾ ਹੀ ਆ ਕੁਛ ਲਿਆ ਤਾਂ ਨਹੀਂ ਹੈ ਕੋਈ ਗੱਲ ਨਹੀਂ ਪਰ ਸਾਡੀ ਇੱਕ ਗੱਲ ਸੁਣ ਲੋ ਜੀਨੇ ਤੁਹਾਨੂੰ ਹੁਕਮ ਕੀਤਾ ਸਾਡਾ ਮਲਾਪ ਉਹਦੇ ਨਾਲ ਕਰਵਾ ਦਿਓ ਤੇ ਅੱਗੋਂ ਜੋ ਤੁਹਾਡੀ ਸਰਾ ਉਹਦੇ ਮੁਤਾਬਕ ਸਾਨੂੰ ਸਜ਼ਾ ਦੇ ਦਿਓ ਚਲੋ ਗੁਰੂ ਨਾਨਕ ਸਾਹਿਬ ਦਾ ਮਲਾਪ ਆ ਜਿਹੜਾ ਉਹ ਦਸਤਗੀ ਰਾਜੇ ਦੇ ਨਾਲ ਹੋ ਗਿਆ ਆਪਣੀ ਵਿਚਾਰ ਅੱਜ ਦੀ ਗਿਆਨ ਧਿਆਨ ਸਭ ਗੁਰਤੇ ਹੋਈ ਗੁਰੂ ਕੋਲੋਂ ਗਿਆਨ ਮਿਲਦਾ ਗੁਰੂ ਕੋਲੋਂ ਧਿਆਨ ਟਿਕਾਉਣ ਦੀ ਵਰਤੀ ਸੋਜੀ ਅਕਲ ਮਿਲਦੀ ਆ ਜਦੋਂ ਹੁਣ ਦਸਤਗੀਰ ਕੋਲੇ ਪਹੁੰਚੇ ਦਸਤਗੀਰ ਕਹਿੰਦਾ ਵੀ ਤੂੰ ਕਿਵੇਂ ਆਪਣੇ ਵੱਲੋਂ ਇਦਾਂ ਦੇ ਲਫ਼ਜ਼ ਬੋਲ ਰਹੇ ਹਾਂਗਾ ਵੀ ਸਤਨਾਮ ਜਾਂ ਇੱਕ ਓੰਕਾਰ ਪਰਮਾਤਮਾ ਇੱਕ ਹੈ ਇਹ ਤਾਂ ਹੋ ਨਹੀਂ ਸਕਦਾ ਜੇ ਤਾਂ ਤੂੰ ਸੱਚਾਗਾ ਫਿਰ ਤਾਂ ਸਾਡੇ ਨਾਲ ਬਹਿਸ ਕਰ ਸਵਾਲਾਂ ਦੇ ਜਵਾਬ ਦੇ ਜੇ ਤੂੰ ਸਵਾਲਾਂ ਦੇ ਜਵਾਬ ਦੇ ਨਾ ਸਕਿਆ ਅਸੀਂ ਤੈਨੂੰ ਨਾ ਸਜ਼ਾ ਦੇਵਾਂਗੇ ਜੋ ਸਾਡੀ ਸਾਰਾ ਸਾਡਾ ਕਾਨੂੰਨ ਆ ਉਦੇ ਮੁਤਾਬਕ ਅਸੀਂ ਨਾਲ ਤੈਨੂੰ ਕਾਫਰ ਦਾ ਕਾਫਰ ਦਾ ਵੀ ਮਤਲਬ ਕਿ ਤੋਖਲਸ ਦੇਵਾਂਗੇ ਵੀ ਤੂੰ ਕਾਫਰ ਆ ਸਾਡੇ ਘਰੇ ਆ ਕੇ ਸਾਡੇ ਸਮਾਜ ਵਿੱਚ ਆ ਕੇ ਸਾਡੇ ਸਮਾਜ ਦੇ ਵਿੱਚ ਆ ਕੇ ਨਾ ਵੰਡੀਆਂ ਪਾ ਰਹਾਗਾ ਤੇ ਬਾਬੇ ਨਾਨਕ ਨੇ ਪਤਾ ਕੀ ਕਿਹਾਗਾ ਕਹਿੰਦਾ ਜਿੱਦੇ ਮੈਂ ਨਾ ਤਲਵੰਡੋਂ ਤੁਰਿਆ ਸੀ ਮੈਂ ਤਾਂ ਤੁਰੇ ਹੀ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਸਤੇ ਆ ਕਹਿੰਦਾ ਮੈਨੂੰ ਟੱਕਰ ਦੇ ਕੋਈ ਕੋਈ ਆ ਸਵਾਲ ਕਰਨ ਵਾਲਾ ਟੱਕਰ ਦੇ ਕੋਈ ਕੋਈ ਆ ਸਵਾਲ ਕਰਨ ਵਾਲਾ ਮੈਂ ਤਾਂ ਚੱਲੇ ਹੀ ਸਵਾਲਾਂ ਦੇ ਜਵਾਬ ਦੇਣ ਵਾਸਤੇ ਆ ਤੂੰ ਮੈਨੂੰ ਸਵਾਲ ਤਾਂ ਕਰ ਮੈਂ ਤੇਰੇ ਜਵਾਬ ਦੇਵਾਂਗਾ ਐਸੀ ਕਿਹੜੀ ਗੱਲ ਆ ਵੀ ਜਵਾਬ ਨਾ ਦੇਵਾਂ ਹੁਣ ਇੱਥੇ ਪਿਆਰੋ ਸਾਨੂੰ ਸਿੱਖਿਆ ਫੇਰ ਮਿਲਗੀ ਇਹ ਸਾਕੀ ਤੁਸੀਂ ਬੜੇ ਵਾਰੀ ਸੁਣੀ ਹੋਣੀ ਆ ਪਰ ਵਿੱਚੋਂ ਆਪਾਂ ਸਿੱਖਿਆ ਲੈਣੀ ਆ ਸਿੱਖਿਆ ਕੀ ਮਿਲਗੀ ਜਿਹੜਾ ਬੰਦਾ ਦੁਨੀਆ ਦੇ ਸਵਾਲਾਂ ਦਾ ਧਰਮੀ ਹੋਣ ਦੇ ਨਾਤੇ ਜਵਾਬ ਨਾ ਦੇ ਸਕੇ ਉਹ ਬੰਦਾ ਕਾਫਰ ਹੈ। ਬਸ ਸਾਨੂੰ ਕੋਈ ਮਤਲਬ ਨਹੀਂ ਵੀ ਉਹਦੇ ਕਿਹੋ ਜਿਹਾ ਦਿਮਾਲਾ ਪੱਗ ਬੰਨੀ ਆ ਉਹਦੇ ਕੰਗਾ ਕੜਾ ਕਿਰਪਾਨ ਪੰਜੀ ਕਕਾਰ ਹੈਗੇ ਨੇ ਜਾਂ ਨਹੀਂ ਹੈਗੇ। ਬਸ ਗੱਲ ਖਤਮ ਆ ਵੀ ਜਿਨੇ ਦੁਨੀਆ ਦੇ ਵਿੱਚ ਦੁਨੀਆ ਦੇ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ ਦਿੰਦਾ ਤਾਂ ਉਹ ਬੰਦਾ ਕਾਫਰ ਆ। ਜਿਨੇ ਗੁਰਵਾਨੀ ਮੁਤਾਬਕ ਜਵਾਬ ਦੇਤੇ ਉਹ ਗੁਰੂ ਦਾ ਸਿੱਖ ਆ ਤੇ ਬਾਬੇ ਨਾਨਕ ਨੂੰ ਇੱਥੇ ਕੀ ਕਿਹਾ ਰਾਮ ਜੀ ਸਮਝਣੀਆਂ ਵਿੱਚੋਂ ਆਪਾਂ ਵੀ ਜੇ ਤਾ ਜਵਾਬ ਦੇਤਾ ਫੇਰ ਤਾਂ ਤੂੰ ਨਾਨਕ ਸੱਚਾ ਆਂਗਾ ਠੀਕ ਆ ਨਾ ਫੇਰ ਤਾਂ ਤੂੰ ਗੁਰੂ ਆ ਸਾਡਾ ਅਸੀਂ ਤੈਨੂੰ ਗੁਰੂ ਮੰਨ ਲਾਂਗੇ ਪਰ ਜੇ ਤੂੰ ਜਵਾਬ ਨਾ ਦੇ ਸਕਿਆ ਫੇਰ ਅਸੀਂ ਤੈਨੂੰ ਕਾਫਰ ਕਹਾਂਗੇ ਦੋ ਗੱਲਾਂ ਕਹਿ ਤੀਆਂ ਹੁਣ ਇਹ ਗੱਲ ਨੂੰ ਆਪਾਂ ਅੰਦਾਜ਼ਾ ਲਾਉਣਾ ਮਾਫ ਕਰਨਾ ਮੈਂ ਸੱਚੀ ਜੀ ਗੱਲ ਜ਼ਰੂਰ ਕਰੂੰਗਾ ਜਿਹੜਾ ਵੀ ਤੁਹਾਨੂੰ ਧਰਮੀ ਪੁਰਖ ਚੋਲੇ ਵਾਲਾ ਟੱਕਰ ਦਾ ਨਾ ਸਵਾਲ ਕਰਿਆ ਕਰੋ ਰਾਜ ਕੇ ਸਵਾਲ ਕਰਿਆ ਕਰੋ ਘੇਰਿਆ ਕਰੋ ਅਗਲੇ ਨੂੰ ਵੀ ਸਵਾਲ ਦੱਸ ਦੱਸ ਕੇ ਜਾ ਸਾਨੂੰ ਆਹ ਜੇ ਤਾਂ ਜਵਾਬ ਦੇਤੇ ਫੇ ਤਾਂ ਤੂੰ ਪ੍ਰਚਾਰਕ ਹੈਗਾ ਤੇ ਨਹੀਂ ਤੇਰਾ ਟੱਕਵਾਂਜਾ ਬਾਈ ਜਾ ਸਸਰੀ ਕਾਲ ਮੁੜ ਕੇ ਨਾ ਇੱਥੇ ਆਈ ਇਹ ਸਟੇਜ ਨਾ ਗੁਰਮਤ ਦੀ ਸਟੇਜ ਹੈ ਇਹ ਮਾਮੂਲੀ ਸਟੇਜ ਨਹੀਂ ਹੈ ਫੇ ਤਾਂ ਆਪਾਂ ਵੀ ਮਾਲਕ ਦੀ ਬਖਸ਼ਿਸ਼ ਦੁਆਰਾ ਸੱਚੀ ਸੋਚੀ ਗੁਰੂ ਨਾਨਕ ਦੇ ਸਿੱਖ ਕਹਾ ਸਕਦੇ ਆ ਤੇ ਅਗਲਾ ਵੀ ਕਹਾ ਸਕਦਾ ਜਿਹੜਾ ਜਵਾਬ ਦੇ ਗਿਆ ਤੇ ਜਿਹਨੇ ਜਵਾਬ ਨਾ ਦਿੱਤਾ ਫਿਰ ਭਾਈ ਤੂੰ ਆਪਦੇ ਘਰੇ ਸੀ ਆਪਦੇ ਘਰੇ ਸਤ ਸ੍ਰੀ ਅਕਾਲ ਮੁੜ ਕੇ ਇਧਰ ਨੂੰ ਕਦੇ ਝਾਕੀ ਨਾ ਵੈਸੇ ਦਾ ਕਹਿਣ ਦੀ ਲੋੜ ਹੀ ਨਹੀਂ ਪੈਣੀ ਪੰਜ ਸੱਤ ਨੂੰ ਸਵਾਲ ਕਰ ਲੈਣਾ ਤੇ ਮੁੜ ਕੇ ਅਗਲੇ ਨੇ ਝਾਕਣੀ ਨਹੀਂਗਾ ਆਉਂਦੇ ਨਹੀਂ ਹਨਾ ਸਮਝ ਗਏ ਨਾ ਇੱਥੇ ਬਾਬੇ ਨਾਨਕ ਦੀ ਸਾਖੀ ਚੋਂ ਸਿੱਖਿਆ ਮਿਲ ਗਈ ਦਸਤਗੀਰ ਕਹਿੰਦਾ ਸਵਾਲਾਂ ਦੇ ਜਵਾਬ ਦੇ ਬਾਬਾ ਨਾਨਕ ਕਹਿੰਦਾ ਤੁਰ ਹੀ ਆਂ ਕੰਮ ਕਰਨ ਵਾਸਤੇ ਮੈਂ ਤਾਂ ਜਵਾਬ ਦੇ ਦੇਂਗਾ ਗੁਰੂਆਂ ਜਵਾਬ ਨਾ ਦੇ ਸਕੇਗਾ ਕਾਫਰਾਂ ਫੇਰ ਤੂੰ ਸਾਡੇ ਸਮਾਜ ਵਿੱਚ ਕੀ ਕਰਦਾਗਾ ਬਖੇੜਾ ਪਾਰਿਆਗਾ ਨਾ ਸਵਾਲਾਂ ਦਾ ਜਵਾਬ ਦੇਵੇਂ ਕਾਫਰ ਤਾਂ ਤੈਨੂੰ ਕਹਿਣੀ ਕਹਿਣਾ ਉਹ ਤਾਂ ਗੱਲ ਖਤਮਾ ਪਰ ਨੰਬਰ 2 ਤੇ ਸਜ਼ਾ ਵੀ ਮਿਲੂ ਕਿਹੜੀ ਸਜ਼ਾ ਸਾਡੀ ਸਰਾ ਮੁਤਾਬਕ ਬਗਦਾਦ ਵਿੱਚ ਜਿਹੜਾ ਬੰਦਾ ਕੋਈ ਇਸ ਤਰ੍ਹਾਂ ਦੀ ਸਮਾਜਿਕ ਤਲ ਤੇ ਗਲਤੀ ਕਰਦਾ ਉਤੋਂ ਦਾ ਰਾਜਾ ਨੂੰ ਸਜ਼ਾ ਕੀ ਦਿੰਦਾ ਲੱਕ ਤੱਕ ਉਹਨੂੰ ਟੋਆ ਪੱਟ ਕੇ ਨੱਪਿਆ ਜਾਂਦਾ ਬਾਅਦ ਵਿੱਚ ਉਹਦੇ ਰੋੜੇ ਮਾਰੇ ਜਾਂਦੇ ਆ ਤੇ ਇਥੋਂ ਤੱਕ ਵੀ ਮੰਨਿਆ ਜਾਂਦਾ ਵੀ ਉੱਪਰ ਦੁੱਧ ਦਹੀਂ ਡੋਲ ਕੇ ਤੇ ਕੁੱਤੇ ਸੱਦ ਕੇ ਕੁੱਟਿਆਂ ਤੋਂ ਪੜਵਾਇਆ ਜਾਂਦਾ ਬਾਬੇ ਨਾਨਕ ਨੂੰ ਸਵਾਲਾਂ ਦੇ ਜਵਾਬ ਨਾ ਦੇਣ ਤੇ ਆ ਸਜ਼ਾ ਦਸਤਗੀਰ ਰਾਜੇ ਨੇ ਬਗਦਾਦ ਵਿੱਚ ਸੁਣਾਈ ਸੀ ਪਰ ਜੇ ਆਪਾਂ ਨੂੰ ਸੁਣਾ ਦੇ ਕੋਈ ਹੁਣ ਅੰਦਾਜ਼ਾ ਲਾਓ ਆਪਾਂ ਸਿੱਖਾ ਨਾ ਬਾਬੇ ਨਾਨਕ ਦੇ ਕਿਉਂਕਿ ਆਪਾਂ ਨੂੰ ਕਹਿ ਦੇ ਵੀ ਭਾਈ ਸਵਾਲ ਦਾ ਜਵਾਬ ਦਿਓ ਤਿੰਨੇ ਸਜਾ ਤੁਹਾਨੂੰ ਵੀ ਆ ਦੇਵਾਂਗੇ ਫਿਰ ਆਪਣਾ ਕੀ ਬਣੂਗਾ ਐਨੀ ਕਿਦਾ ਨੌਲੇਜ ਆਪਾਂ ਸਾਰੇ ਸਮਝਦੇ ਆ ਨਾ ਵੀ ਜੇ ਸਾਨੂੰ ਕੋਈ ਸਵਾਲ ਕਰੇ ਤਾਂ ਵੈਗੁਰੂ ਭਲਾ ਕਰੇ ਆਪਾਂ ਵੀ ਗੁਰੂ ਨਾਨਕ ਦੇ ਚੰਗੇ ਸਿੱਖਾਂ ਚ ਨਾ ਲਖਵਾਈਏ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਸਦਕਾ ਚੜ੍ਹਦੀ ਕਲਾ ਵਾਲਾ ਜੀਵਨ ਜਿਵਈਏ ਹੁਣ ਪਹਿਲਾ ਸਵਾਲ ਕੀ ਹੈ ਤੁਸੀਂ ਸਾਰੇ ਜਾਣ ਲਓ ਪਹਿਲਾਂ ਮੈਂ ਗੱਲ ਕਰ ਲਈ ਤੂੰ ਕਿਹਾ ਰੱਬ ਇੱਕ ਆ ਮੇਰੇ ਮਨ ਚ ਸੰਕਾ ਕੀ ਰੱਬ ਇੱਕ ਨਹੀਂ ਹੈ ਪਹਿਲਾ ਸਵਾਲ ਕੀ ਆ ਰੱਬ ਇੱਕ ਨਹੀਂ ਹੈ ਤਾਂ ਤੂੰ ਛੱਡ ਇਹ ਦੱਸ ਰੱਬ ਤੋਂ ਪਹਿਲਾਂ ਕੀ ਆ ਉਹ ਉਹ ਅੱਲਾਹ ਤੋਂ ਖੁਦਾ ਤੋਂ ਪਹਿਲਾਂ ਕੀ ਆ ਹੁਣ ਸਵਾਲ ਬੜਾ ਕੀਮਤੀ ਆ ਨਾ ਗੁਰੂ ਨਾਨਕ ਸਾਹਿਬ ਕਹਿੰਦਾ ਐ ਥੋੜੀ ਜਵਾਬ ਦਊਂਗਾ ਮੈਂ ਜਵਾਬ ਦੇਊਂਗਾ ਪਰ ਇਉਂ ਨਹੀਂ ਇੱਕ ਤਾਂ ਗੁਰੂ ਨਾਨਕ ਸਾਹਿਬ ਕਹਿੰਦਾ ਮੇਰਾ ਸੁਭਾਅ ਨਾ ਹੈ ਤਾਂ ਕਮਲਾ ਜਿਹਾ ਸੁਭਾਈ ਹੈ ਮੇਰਾ ਜਦੋਂ ਸਵਾਲਾਂ ਦੇ ਜਵਾਬ ਦੇਣੇ ਹੁਣ ਕਹਿੰਦਾ ਮੇਰਾ ਨਾ ਇਕੱਲੇ ਦਾ ਜੀ ਨਹੀਂ ਕਰਦਾ ਉਦੋਂ ਸੰਗਤ ਆ ਜਿਹੜੀ ਤੁਹਾਨੂੰ ਮੈਨੂੰ ਕਾਫੀ ਵੇਖਦੀ ਹੋਵੇ ਬਲਾ ਨਾ ਢੰਡੋਰਾ ਪਿੱਟ ਕੇ ਤੂੰ ਆਵਾਜ਼ ਦੇ ਨਗਰ ਵਿੱਚ ਆਓ ਭਾਈ ਬਹਿ ਸੋਣੀ ਅੱਜ ਚਰਚਾ ਹੋਣੀ ਆ ਗੋਸ਼ਟੀ ਹੋਣੀ ਆ ਤੇ ਦੋ ਕਿਹਾ ਸੱਚੀ ਮੁੱਚੀ ਸੰਗਤ ਦਾ ਕੁਦਰਤੀ ਜਾਣਾ ਉਹਨਾਂ ਵੀ ਇੱਕ ਕਾਫਰ ਫੜਿਆ ਹੋਇਆ ਉਹਨੂੰ ਸਵਾਲ ਕਰਨੇ ਨੇ ਚਲੋ ਤਮਾਸ਼ਾ ਵੇਖ ਕੇ ਆਈਏ ਗਏ ਪਹੁੰਚੇ ਲੋਕ ਬੜੇ ਪਹੁੰਚ ਗਏ ਹੋਰ ਵੀ ਪਹੁੰਚ ਗਏ ਤੇ ਹੁਣ ਦਸਤਗੀਰ ਕਹਿੰਦਾ ਚੰਗਾ ਹੁਣ ਜਵਾਬ ਦੇ ਦੇ ਹੁਣ ਤਾਂ ਲੋਕ ਬਹੁਤ ਇਕੱਠੇ ਹੋ ਗਏ ਬਾਬਾ ਨਾਨਕ ਕਹਿੰਦਾ ਠੀਕ ਆ ਮੈਂ ਹੁਣ ਜਵਾਬ ਦੇਵਾਂਗਾ ਸਾਡੇ ਨਾਲ ਕੁਝ ਨਿਜਮ ਨੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਨਿਜਮ ਕੀ ਆ ਤੇਰੇ ਕੋਲੇ ਮੋਤੀ ਹੈਗੇ ਨੇ ਮੋਤੀ ਕਹਿ ਲੋ ਕੁਛ ਵੀ ਕਹਿ ਲੋ ਉਹ ਕਹਿੰਦਾ ਹੈਗੇ ਨੇ ਮੈਂ ਰਾਜਾ ਆ ਸਭ ਕੁਛ ਆ ਦੱਸਾਂ ਹੀ ਦਸਤਗੀਰ ਨੇ ਸੋਚਿਆ ਬੰਦਾ ਲੋਭੀ ਲੱਗਦਾ ਲਾਲਚੀ ਲੱਗਦਾ ਸਵਾਲ ਦਾ ਜਵਾਬ ਦਿੱਤਾ ਨਹੀਂ ਤੇ ਪਹਿਲਾਂ ਹੀਰੇ ਮੋਤੀਆਂ ਦੀ ਮੰਗ ਮੰਗ ਲਈ ਬਾਬਾ ਨਾਨਕ ਕਹਿੰਦਾ ਜੇ ਮੋਤੀ ਆ ਨਾ ਥਾਲ ਪ੍ਰਵਾਹ ਕੇ ਮੰਗਾ ਇੱਕ ਸੋਚਿਆ ਉਹਨੇ ਵੀ ਲਾਲਚੀ ਬੰਦਾ ਤਾ ਕਰਕੇ ਨੀ ਹੀਰੇ ਮੋਤੀ ਮੰਗ ਲੇ ਕੋਈ ਗੱਲ ਨਹੀਂ ਲਿਆਦਣਾ ਥਾਲ ਛੱਡ ਦੋ ਥਾਲ ਲਿਆ ਨੂੰ ਪਰ ਮੇਰੇ ਸਵਾਲ ਦਾ ਜਵਾਬ ਸਹੀ ਦੇਈ ਥਾਲ ਭਰ ਕੇ ਮੰਗਵਾਲਿਆ ਰੱਖ ਲਿਆ ਸਾਹਮਣੇ ਬਾਬਾ ਨਾਨਕ ਕਹਿੰਦਾ ਹੁਣ ਇਉਂ ਕਰ ਇਹ ਕੱਲੇ ਕੱਲੇ ਮੋਤੀ ਗਿਣਦੇ ਤੂੰ ਫਟਾਫਟਾ ਕੱਲੇ ਕੱਲੇ ਮੋਤੀ ਨਾ ਗਿਣਦੇ ਕਿਣਤੀ ਆਉਂਦੀ ਤੈਨੂੰ ਦਸਤਗੀਰ ਕਹਿੰਦਾ ਹਾਂ ਹੁਣ ਇਹ ਤਾਂ ਕਹੀ ਨਹੀਂ ਸਕਦਾ ਵੀ ਗਿਣਤੀ ਆਉਂਦੀ ਨਹੀਂ ਕਿ ਕੁ ਰਾਜਾ ਆਉਂਦੀ ਹੈਗੀ ਗਿਣ ਫਿਰ ਫਟਾਫਟ ਗਿਣਦੇ ਨੂੰ ਫਿਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ ਹੁਣ ਰਾਜੇ ਨੇ ਕੀ ਕੀਤਾ ਕਹਿੰਦਾ 1 2 3 ਬਾਬਾ ਨਾਨਕ ਕਹਿੰਦਾ ਰੁਕ ਜਾ ਤੂੰ ਕਹਿੰਦਾ ਕਿਉਂ ਕਹਿੰਦਾ ਤੂੰ ਗਿਣਤੀ ਗਲਤ ਕਰਦਾਗਾ ਔਰ ਰੁਕ ਜਾ ਗਿਣਤੀ ਸਹੀ ਨਹੀਂ ਹੈ ਕਹਿੰਦਾ ਕਮਾਲ ਦੀ ਗੱਲ ਆ ਮੈਂ ਅਖਰ ਤਾਂ ਤਿੰਨ ਬੋਲੇ ਨੇ ਤੇ ਤਿੰਨਾਂ ਦੇ ਵਿੱਚ ਕੀ ਗਲਤ ਆ ਕੀ ਸਹੀ ਆ ਬਾਬਾ ਨਾਨਕ ਕਹਿੰਦਾ ਦੁਬਾਰੇ ਗਿਣਾ ਕਹਿੰਦਾ ਚੱਲ ਦੁਬਾਰੇ ਗਿਣਨ ਦੇਣਾ ਕਹਿੰਦਾ 1 2 ਬਾਬਾ ਨਾਨਕ ਕਹਿੰਦਾ ਰੁਕ ਜਾ ਕੁਝ ਭੁੱਲ ਗਿਆ ਕਹਿੰਦਾ ਨਹੀਂ ਭੁੱਲਿਆ ਨਹੀਂ ਮੈਂ ਜੀ ਤਾਂ ਦੋ ਹੀ ਗਿਣਿਆ ਪਹਿਲਾਂ ਮੈਂ ਤਿੰਨ ਤੱਕ ਪਹੁੰਚ ਗਿਆ ਹੁਣ ਤਿੰਨ ਤੱਕ ਵੀ ਨਹੀਂ ਜਾਣ ਦਿੰਦਾ ਮੈਨੂੰ ਮੈਂ ਤਾਂ ਗਿਣਿਆ ਹੀ ਨਹੀਂ ਦੋ ਆਹ ਜੇ ਮੈਂ ਹਜੇ ਕੁਝ ਵੀ ਨਹੀਂ ਅੱਗੇ ਵਧਿਆਗਾ ਗੁਰੂ ਨਾਨਕ ਸਾਹਿਬ ਕਹਿੰਦੇ ਦੁਬਾਰੇ ਗਿਣਾ ਕਹਿੰਦਾ ਇੱਕ ਬਾਬਾ ਨਾਨਕ ਕਹਿੰਦਾ ਤੂੰ ਕੁਝ ਭੁੱਲ ਗਿਆ ਰੁਕ ਜਾ ਸਾਰੀ ਲੋਕਾਈ ਵੀ ਹੈਰਾਨ ਆ ਜਿਨੇ ਲੋਕ ਬੈਠੇ ਨੇ ਤੇ ਦਸਤਗੀਰ ਪੀਰ ਵੀ ਹੈਰਾਨ ਆ ਭੁੱਲਿਆ ਕੀਆ ਚਲ ਮੈਂ ਤਾਂ ਭੁੱਲ ਗਿਆ ਤੂੰ ਦੱਸ ਦੇ ਬਾਬਾ ਨਾਨਕ ਕਹਿੰਦਾ ਤੇਰੇ ਸਵਾਲ ਦਾ ਜਵਾਬ ਬਾਅਦ ਚਾ ਪਹਿਲਾਂ ਇਉਂ ਦੱਸ ਇੱਕ ਤੋਂ ਪਹਿਲਾਂ ਕੀ ਆ ਤੇ ਦਸਤਗੀਰ ਕੀ ਕਹਿੰਦਾ ਕਹਿੰਦਾ ਇੱਕ ਤੋਂ ਪਹਿਲਾਂ ਇੱਕ ਹੀ ਆ ਇੱਕ ਤੋਂ ਪਹਿਲਾਂ ਕੁਝ ਨਹੀਂ ਇੱਕ ਤੋਂ ਪਹਿਲਾਂ ਕੁਝ ਨਹੀਂ ਇੱਕ ਤੋਂ ਪਹਿਲਾਂ ਇੱਕ ਹੀ ਆ ਬਾਬਾ ਨਾਨਕ ਕਹਿੰਦਾ ਤੇਰੇ ਸਵਾਲ ਦਾ ਜਵਾਬ ਤੈਨੂੰ ਮਿਲ ਗਿਆ ਕਿਹੜਾ ਪਰਮਾਤਮਾ ਤੋਂ ਪਹਿਲਾਂ ਪਰਮਾਤਮਾ ਹੀ ਆ ਪਰਮਾਤਮਾ ਤੋਂ ਪਹਿਲਾਂ ਹੋਰ ਕੁਝ ਨਹੀਂ ਇਹ ਸ਼ਬਦ ਕਿਹੜਾ ਉਚਾਰਨ ਕੀਤਾ ਅਰਵਦ ਨਰਵਦ ਧੁੰਦੂਕਾਰ ਧਰਨਾ ਹੁਕਮ ਗगन ਅਪਾਰ ਨਾ ਦਿਨ ਨਾ ਰੈਣ ਨਾ ਚੰਦ ਨਾ ਸੂਰਜ ਸੁਨ ਸਮਦ ਲਗਾਇੰਦਾ ਜਦੋਂ ਚੰਦ ਸੂਰਜ ਧਰਤੀ ਹੈ ਹੀ ਨਹੀਂ ਸੀ ਦੇਖੋ ਆਪਾਂ ਵੀ ਸੋਚ ਕੇ ਦੇਖੋ ਜਦੋਂ ਨਾ ਤਾਂ ਚੰ드ਰਾਮਾ ਸੀ ਨਾ ਸੂਰਜ ਸੀ ਨਾ ਧਰਤੀ ਸੀ ਬਾਬੇ ਨਾਨਕ ਨੇ ਮਾਰੂ ਰਾਗ ਦੇ ਵਿੱਚ ਹੀ ਵਚਨ ਲਿਖਿਆ ਹੈਗਾ ਵੀ ਉਦੋਂ ਵੀ ਉਹ ਪਰਮਾਤਮਾ ਸੀ ਇਹ ਤੋਂ ਸਿੱਧ ਕੀ ਹੋ ਗਿਆ ਕਈ ਵਾਰ ਆਪਾਂ ਨਾ ਬਾਲ ਦੀ ਖਲ ਉਹਦੇੜਨ ਲੱਗ ਜਾਂਦੇ ਆ ਵੀ ਰੱਬ ਤੋਂ ਪਹਿਲਾਂ ਕੀ ਸੀ ਆਪਣੇ ਦਿਮਾਗ 'ਚ ਵੀ ਆ ਜਾਂਦਾਗਾ ਰੱਬ ਤੋਂ ਪਹਿਲਾਂ ਰੱਬ ਹੀ ਸੀ ਬਸ ਪਰਮਾਤਮਾ ਤੋਂ ਪਹਿਲਾਂ ਪਰਮਾਤਮੇ ਸੀ ਚਲੋ ਤਸੱਲੀ ਹੋ ਗਈ ਕਹਿੰਦਾ ਠੀਕ ਆ ਜੀ ਕਹਿੰਦਾ ਮੈਂ ਤੁਹਾਡੀ ਗੱਲ ਸਮਝ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਲਾਹ ਤੋਂ ਪਹਿਲਾਂ ਅੱਲਾ ਹੀ ਹੈ ਪਰਮਾਤਮਾ ਤੋਂ ਪਹਿਲਾਂ ਪਰਮਾਤਮ ਜਦੋਂ ਇੱਕ ਤੋਂ ਪਹਿਲਾਂ ਕੁਝ ਨਹੀਂ ਹੈ ਇੱਕ ਤੋਂ ਪਹਿਲਾਂ ਇੱਕ ਹੀ ਹੈ ਤੇ ਤਾਈਓ ਬਾਬੇ ਨਾਨਕ ਨੇ ਨਾਰਾ ਕਿ ਲਾਇਆ ਸੀਗਾ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ ਬਾਬਾ ਨਾਨਕ ਤਾਂ ਹੀ ਕਹਿੰਦਾ ਇੱਕੋ ਹੀ ਆ ਹੋਰ ਤਾਂ ਹੀ ਨਹੀਂ ਕਿ ਇੱਕ ਓਅੰਕਾਰ ਇੱਕੋ ਹੀ ਆ ਬਸ ਜਵਾਬ ਮਿਲ ਗਿਆ ਚਲੋ ਕਹਿੰਦਾ ਦੂਜਾ ਸਵਾਲ ਆ ਫਿਰ ਤੁਸੀਂ ਜਾਣਦੇ ਹੋਵੋਗੇ ਵੀ ਸਾਰੇ ਜਦੋਂ ਕਿਹਾ ਵੀ ਦੂਜਾ ਸਵਾਲ ਆ ਇਹਦਾ ਜਵਾਬ ਦੇ ਦੇ ਜੇ ਉਹ ਇੱਕ ਹੈ ਉਹ ਦਿੰਦਾ ਕਿਉਂ ਨਹੀਂ ਦਿੰਦਾ ਨਹੀਂ ਹੈ ਉਹ ਉਹਦਾ ਨਾਂ ਦੱਸਣ ਦਾ ਕਾਰਨ ਕੀ ਆ ਗੁਰੂ ਨਾਨਕ ਸਾਹਿਬ ਕਹਿੰਦੇ ਮਿਹਨਤ ਕਰਨੀ ਪੈਂਦੀ ਆ ਤੇ ਹੁਣ ਇਹ ਦਸਤਗੀ ਰਾਜਾ ਵੀ ਆ ਪੀਰ ਵੀ ਆ ਕਹਿੰਦਾ ਬੜੀ ਮਿਹਨਤ ਕਰਦਾ ਮੈਂ ਪਰ ਨਜ਼ਰ ਕਦੇ ਫੇਰ ਵੀ ਨਹੀਂ ਪਿਆਗਾ ਤੇ ਸੱਚੀ ਗੱਲ ਆ ਦਿੰਦਾ ਫੇਰ ਵੀ ਨਹੀਂ ਹੈ ਨਾ ਉਹ ਚੱਕਰ ਚਿਹਨ ਰਵਰਣ ਜਾਤ ਔਰ ਪਾਤ ਨਿਹਨ ਜਿਹ ਰੂਪ ਰੰਗ ਔਰ ਰੇਖ ਭੇਕ ਕੋ ਕਹਿ ਨਾ ਸਕਤ ਕਿ ਚਲ ਮੁਰਤਨ ਭੋ ਪ੍ਰਕਾਸ਼ ਅਮਤੋਜ ਕਿਹਜੈ ਕੋਟ ਇੰਦਰ ਇੰਦ੍ਰਾਨ ਸਾਹੋ ਸਹਾਨ ਗਣੀਜੈ ਤੋ ਪਾਤਸ਼ਾਹ ਜੀ ਨੇ ਲਿਖਿਆ ਹੈ ਨਾ ਵੀ ਉਹ ਪਰਮਾਤਮਾ ਦਾ ਕੋਈ ਚੱਕਰ ਚ ਨਹੀਂ ਹੈ ਸਾਰੀ ਡਿਟੇਲ ਜਾਪ ਸਾਹਿਬ ਦੀ ਅਰੰਭਤਾ ਦੇ ਵਿੱਚ ਦਿੱਤੀ ਬਾਣੀ ਚ ਬੜੀਆਂ ਡੱਟੇ ਲਾ ਦਿੱਤੀਆਂ ਨੇ ਫਿਰ ਉਹ ਦੀਂਦਾ ਕਿਉਂ ਨਹੀਂ ਤੇ ਉਹ ਦਿਸਣਾ ਚਾਹੀਦਾਗਾ ਮਤਲਬ ਸਵਾਲ ਕੀਆ ਵੀ ਰੱਬ ਰਹਿੰਦਾ ਕਿੱਥੇ ਜਦੋਂ ਇਹ ਕਿਹਾ ਨਾ ਕਹਿੰਦਾ ਚੰਗਾ ਫਿਰ ਬਾਬਾ ਨਾਨਕ ਕਹਿੰਦਾ ਮੈਂ ਸੰਖੇਪ ਕਰਾਂ ਇੱਕ ਦੁੱਧ ਦਾ ਗੜਬਾ ਮੰਗਵਾ ਤੇ ਫਿਰ ਮੈਂ ਤੇਰੇ ਸਵਾਲ ਦਾ ਜਵਾਬ ਦੇਵਾਂਗਾ ਤੇ ਗੁਰੂ ਨਾਨਕ ਸਾਹਿਬ ਦੇ ਕੋਲ ਦੁੱਧ ਦਾ ਗੜਬਾ ਪੇਸ਼ ਕੀਤਾ ਗਿਆ ਜਦੋਂ ਦੁੱਧ ਦਾ ਗੜਬਾ ਪੇਸ਼ ਕੀਤਾ ਗਿਆ ਨਾ ਤੇ ਦਸਤਗੀਰ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਦੁੱਧ ਵਿੱਚ ਨਾ ਮੈਨੂੰ ਕੁਝ ਨਜ਼ਰ ਆ ਰਿਹਾਗਾ ਕਿਉਂ ਰੱਬ ਦੇ ਪਿਆਰਾਂ ਦੀ ਰਮਜਾ ਨਾ ਤੇ ਉਹ ਦੁੱਧ ਵਿੱਚੋਂ ਕੱਢ ਬਾਹਰ ਨજર ਕੀ ਆਉਂਦਾ ਪਾਤਸ਼ਾਹ ਦੋ ਵਾਰੀ ਪੁਣਿਆ ਵਿਆਗਾ ਕਹੋਂਗੇ ਆਪਾਂ ਹੋਰ ਪੋਣ ਲੈਨੇ ਆ ਇਹਦੇ ਵਿੱਚ ਕੁਛ ਨਹੀਂ ਹੈ ਬਿਲਕੁਲ ਸਾਫ਼ ਸੁਥਰਾ ਦੁੱਧ ਆ ਪੀ ਲੋ ਤੁਸੀਂ ਹੁਣ ਦਸਤਗੀਰ ਨੇ ਸੋਚਿਆ ਪੀਣਾ ਹੋਊਗਾ ਪੀ ਲੋ ਪਰ ਨਹੀਂ ਦੁੱਧ ਵਿੱਚ ਨજર ਆਉਂਦਾ ਬਾਬਾ ਨਾਨਕ ਕਹਿੰਦਾ ਕੀ ਨજર ਆਉਂਦਾ ਮੈਨੂੰ ਦੀਂਦਾ ਨਹੀਂ ਹੈ ਦੀਂਦਾ ਨਹੀਂ ਹੈ ਮੈਨੂੰ ਨજર ਕੁਛ ਆ ਰਿਹਾ ਪਰ ਦਿਸ ਨਹੀਂ ਰਿਹਾ ਬਾਬਾ ਨਾਨਕ ਕਹਿੰਦਾ ਮੈਨੂੰ ਦਿਸੀ ਜਾਂਦਾ ਔਰ ਤੂੰ ਕਹਿ ਰਿਹਾ ਮੈਨੂੰ ਦਿਂਦਾ ਨਹੀਂ ਹੈ ਇਸ ਗੱਲ ਤੇ ਤੂੰ ਆਪ ਦੀ ਅੱਖਾਂ ਦੀ ਨਿਗਾਹ ਚੈੱਕ ਕਰਵਾ ਜਾਇਓ ਕਹਿ ਲੀਏ ਆਪਣੀ ਸੁਰਤ ਟਿਕਾਣੇ ਕਰ ਉਹ ਕਹਿੰਦਾ ਮੈਨੂੰ ਕੁਝ ਵੀ ਨਜ਼ਰ ਨਹੀਂ ਆਉਂਦਾਗਾ ਜੇ ਕੁਛ ਹੈ ਤਾਂ ਤੁਸੀਂ ਬੋਲ ਕੇ ਦੱਸ ਦੋ ਬਾਬਾ ਨਾਨਕ ਬੋਲ ਪਿਆ ਕਹਿੰਦਾ ਦੁੱਧ ਚ ਨਾ ਮੈਨੂੰ ਕਿਉ ਨਜ਼ਰ ਆਈ ਜਾਂਦਾ ਦਿਸੀ ਜਾਂਦਾ ਵੀ ਦੁੱਧ ਚ ਕਿਉ ਆ ਵਾ ਦਸਤਗੀਰ ਹੱਥ ਹੱਥ ਮਾਰ ਕੇ ਪੁੱਤਾ ਕੀ ਕਹਿੰਦਾ ਲੈ ਇਹ ਤਾਂ ਮੈਨੂੰ ਵੀ ਪਤਾਗਾ ਬਾਬਾ ਨਾਨਕ ਕਹਿੰਦਾ ਤੈਨੂੰ ਪਤਾ ਫਿਰ ਬੋਲਿਆ ਕਿਉਂ ਨਹੀਂ ਕਹਿੰਦਾ ਉਹ ਆਈ ਨਹੀਂ ਦਿੰਦਾ ਕਹਿੰਦਾ ਉਹ ਮਿਹਨਤ ਕਰਨੀ ਪੈਂਦੀ ਹੈ ਫੇਰ ਵਿੱਚੋਂ ਪ੍ਰਗਟ ਹੁੰਦਾ ਬਾਬਾ ਨਾਨਕ ਕਹਿੰਦਾ ਤੇਰੇ ਸਵਾਲ ਦਾ ਜਵਾਬ ਆ ਰੱਬ ਦੁਨੀਆ ਰੂਪੀ ਦੁੱਧ ਦੇ ਵਿੱਚ ਰਹਿੰਦਾ ਅੱਬਲ ਅੱਲਾ ਦੂਜਾ ਵਚਨ ਕੀ ਉਚਾਰਨ ਕੀਤਾ ਸੀ ਅਬਲ ਅੱਲਾ ਨੂਰੋ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਮੰਦੇ ਫਿਰ ਪਾਤਸ਼ਾਹ ਜੀ ਨੇ ਜਦ ਆ ਗੱਲ ਕਹੀ ਨਾ ਦਸਤਗੀਰ ਨੂੰ ਅਕਲ ਆ ਗਈ ਕਹਿੰਦਾ ਠੀਕ ਆ ਠੀਕ ਆ ਤੇ ਹੁਣ ਦਸਤਗੀਰ ਨੂੰ ਪਤਾ ਨਾਲ ਨਾਲ ਬਾਬੇ ਨਾਨਕ ਨੇ ਕੰਡ ਝੜ ਜੀ ਵੀ ਕਰਤੀ ਕਹਿੰਦਾ ਉਹੀ ਚਕਾ ਕੇ ਮੂੰਹ ਸਾਰੇ ਘਲ ਤੇ ਮੇਰੇ ਕੰਨੀ ਮਾਰੋ ਜਾ ਕੇ ਰੋੜੇ ਸਟਲੋ ਜਾ ਕੇ ਕੱਢੋ ਗਾਲਾਂ ਉਹਨੂੰ ਕਹਿੰਦਾ ਹੁਣ ਅਕਲ ਟਕਾਣੇ ਆ ਗਈ ਮਤਲਬ ਕਈ ਵਾਰ ਹੁੰਦਾ ਨਾ ਵੀ ਜਦੋਂ ਕੋਈ ਕੰਨ ਭਰਦੇ ਸੱਚੇ ਬੰਦੇ ਦੇ ਦੁਨੀਆਂ ਦੇ ਲੋਕ ਜਿਹੜੇ ਹੁਸ਼ਿਆਰ ਲੋਕ ਹੁੰਦੇ ਨੇ ਤੇਜ ਦਿਮਾਗ ਦੇ ਸਾਤਰ ਦਿਮਾਗ ਦੇ ਹੁੰਦੇ ਨਾ ਉਹ ਲੋਕਾਂ ਨੂੰ ਮਗਰ ਭਾਂਦੇ ਆ ਤੇ ਮਗਰ ਕੌਣ ਪੈਂਦੇ ਨੇ ਜਿਹੜੇ ਲਾਈ ਲੱਗ ਹੋਣ ਲਾਈ ਲੱਗ ਹੋਣਾ ਤੇ ਬਾਬਾ ਨਾਨਕ ਨਾਲ ਨਾਲ ਕੰਡ ਝੜਜੀ ਵੀ ਕਰੀ ਜਾਂਦਾ ਕਹਿੰਦਾ ਚਕਾ ਕੇ ਮੂੰਹ ਤੋਰ ਤਾ ਉਧਰ ਨੂੰ ਵੀ ਵਗ ਜਾ ਕੇ ਢਾਲ ਉਹਨੂੰ ਰੋੜੇ ਮਾਰੋ ਤੇ ਹੁਣ ਇਹਨਾਂ ਰੋੜਿਆਂ ਦਾ ਹਿਸਾਬ ਕਿਤਾਬ ਕੌਣ ਦੇਊ ਭਲਾ ਦਸਤਗੀਰ ਚੁੱਪਾ ਚੁੱਪਾ ਨਾ ਹੋਣਾ ਕਿਉਂ ਕਿਉਂਕਿ ਗਲਤੀਆਂ ਆਪਦੇ ਚ ਹੀ ਨਿਕਲਣ ਲੱਗੀਆਂ ਜਦੋਂ ਬਾਬੇ ਨਾਨਕ ਨੂੰ ਨਾਨਕ ਨੇ ਦੋ ਗੱਲਾਂ ਦਾ ਜਵਾਬ ਦਿੱਤਾ ਦਸਤਗੀਰ ਕਹਿੰਦਾ ਚੰਗਾ ਫਿਰ ਇੱਕ ਗੱਲ ਦਾ ਜਵਾਬ ਹੋਰ ਦੇ ਦੇ ਉਦੋਂ ਬਾਅਦ ਬਸ ਮੈਂ ਹਾਰ ਮੰਨ ਲੂੰ ਤੇ ਤੂੰ ਜਿੱਤ ਜੇਗਾ ਇੱਕ ਗੱਲ ਦਾ ਜਵਾਬ ਹੋਰ ਦੇ ਦੇ ਉਹ ਕਹਿੰਦਾ ਨਕੰਮਾ ਕਿ ਕੰਮ ਵਾਲਾ ਰੱਬ ਨਕੰਮਾ ਕਿ ਕੰਮ ਵਾਲਾਗਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਤਾਂ ਕੰਮ ਹੀ ਬਹੁਤ ਕਰਦਾ ਬਹੁਤ ਜ਼ਿਆਦਾ ਕੰਮ ਕਰਦਾ ਉਹ ਨਕੰਮਾ ਨਹੀਂ ਹੈ ਉਹ ਕਿਵੇਂ ਕੰਮ ਕਰਦਾਗਾ ਦੱਸ ਭਲਾ ਫਿਰ ਮੈਨੂੰ ਕੰਮ ਕਿਹੜੇ ਕਰਦਾ ਜਿਉ ਨਕੰਮਾ ਨਹੀਂ ਹੈ ਤਾ ਉਹ ਕਿਹੜੇ ਕਿਹੜੇ ਕੰਮ ਕਰਦਾ ਦੱਸ ਭਲਾ ਇਹਦੀ ਡਿਟੇਲ ਦੇ ਉਹ ਕਰਦਾ ਕੀ ਹੈ ਫਿਰ ਜੇ ਨਕੰਮਾ ਨਹੀਂ ਹੈ ਬਾਬਾ ਨਾਨਕ ਕਹਿੰਦਾ ਦੋ ਸਵਾਲਾਂ ਦੇ ਜਵਾਬ ਤਾਂ ਤੈਨੂੰ ਦੇਤੇ ਮੈਂ ਦਸਤਗੀਰ ਤੂੰ ਰਾਜਾ ਵੀ ਆ ਕਹਿੰਦਾ ਹਾਂ ਤੂੰ ਪੀਰ ਵੀ ਆ ਕਹਿੰਦਾ ਹਾਂ ਮਾੜਾ ਮੋਟਾ ਅਕਲ ਨੂੰ ਆਪ ਹੀ ਹੱਥ ਮਾਰ ਲਾ ਅਕਲ ਨੂੰ ਆਪ ਹੀ ਹੱਥ ਮਾਰ ਤੂੰ ਮੈਨੂੰ ਕਦੋਂ ਦਾ ਨਾ ਸਵਾਲ ਪੁੱਛੀਏ ਨਾ ਮੈਂ ਤੈਨੂੰ ਜਵਾਬ ਦੇਈ ਜਨਾ ਸੱਚ ਦਸੀ ਤੂੰ ਵੀ ਕਿਸੇ ਮਦਰਸੇ 'ਚ ਕਿਸੇ ਟੀਚਰ ਕੋਲੇ ਗਿਆ ਹੋਏਗਾ ਜਵਾਬ ਦੇਣ ਵਾਲਾ ਕਿੱਥੇ ਹੁੰਦਾਗਾ ਯਾਨੀ ਕਿ ਬਾਬੇ ਨੇ ਸ਼ਾਰਟਕਟ ਗੱਲ ਕਹੀ ਜਵਾਬ ਦੇਣ ਵਾਲਾ ਕਿੱਥੇ ਹੁੰਦਾ ਤੇ ਜਵਾਬ ਲੈਣ ਵਾਲਾ ਕਿੱਥੇ ਹੁੰਦਾ ਤੇ ਦਸਤਗੀ ਰਾਪੀ ਬੋਲ ਪਿਆ ਕਹਿੰਦਾ ਜਵਾਬ ਦੇਣ ਵਾਲਾ ਉੱਚੇ ਥਾਂ 'ਚ ਹੁੰਦਾ ਚੌਂਤਰੇ ਤੇ ਹੁੰਦਾ ਕੁਰਸੀ ਕਹਿ ਲੋ ਥੋੜੀ ਜੀ ਉਚਾਈ ਹੁੰਦੀ ਆ ਕੁਝ ਸੁਣਾਉਣ ਵਾਲੇ ਦੀ ਤੇ ਸੁਣਨ ਵਾਲੇ ਦੀ ਨੀਵਾਪਣ ਹੁੰਦਾ ਯਾਨੀ ਕਿ ਨੀਵੇਂ ਪਣ ਤੇ ਗੱਲ ਕੈਚ ਹੁੰਦੀ ਆ ਅੱਜ ਮੈਂ 2 ਦਿਨ ਨਾ ਪਹਿਲਾਂ ਮੈਨੂੰ ਕਿਸੇ ਨੇ ਕਹਤਾ ਕਿ ਤੂੰ ਬਰੋਬਰ ਮੇਜ ਡਾਲੇ ਮਾ ਕੋਈ ਨਾ ਭਾਈ ਚੱਕ ਇਦਰੀ ਕਰ ਲਾਂਗੇ ਭਾ ਅਸੀਂ ਸਾਂ ਲੱਗ ਜਾਣਗੇ ਚਲੋ ਬਰੋਬਰ ਨਹੀਂ ਹੈ ਮਾਰੇ ਕਿਰਪਾ ਕਰੇ ਤੇ ਐ ਤਾਂ ਫਿਰ ਗ੍ਰੰਥੀ ਵੀ ਬਰੋਬਰ ਆਗਾ ਦੇਖੋ ਕਿੱਥੇ ਕਿੱਥੇ ਆਪਾਂ ਗੱਲ ਕਰਾਂਗੇ ਹੈ ਨਾ ਚਲੋ ਗੁਰੂ ਬਖਸ਼ਿਸ਼ ਕਰੇ ਕਹਿੰਦਾ ਉਹ ਕਰਦਾ ਕੀ ਆ ਫਿਰ ਉਹ ਕਹਿੰਦਾ ਤੂੰ ਆਪ ਹੀ ਅਕਲ ਨੂੰ ਹੱਥ ਮਾਰ ਆ ਅਕਲ ਨੂੰ ਹੱਥ ਮਾਰ ਆਪੀ ਜਦੋਂ ਇਦਾਂ ਗੱਲ ਕਹੀ ਨਾ ਦਸਤਗੀਰ ਕਹਿੰਦਾ ਜੀ ਭੁੱਲ ਗਿਆ ਤੁਸੀਂ ਇੱਧਰ ਬੈਠੋ ਉੱਚੇ ਥਾਂ 'ਚ ਤੇ ਮੈਂ ਇੱਧਰ ਬੈਠਾ ਥੱਲੇ ਨੀਵੇਂ ਥਾਂ 'ਚ ਤੁਸੀਂ ਉੱਚੇ ਥਾਂ 'ਚ ਆ ਜਾਓ ਜਦੋਂ ਉੱਚੇ ਥਾਂ 'ਚ ਕਹੈ ਨਾ ਵੀ ਇੱਧਰ ਆ ਜਾਓ ਬਾਬਾ ਨਾਨਕ ਨੇ ਪਾਸਾ ਬਦਲ ਲਿਆ ਦਸਤਗੀਰ ਪਾਸੇ ਹੋ ਗਿਆ ਥੱਲੇ ਹੋ ਗਿਆ ਰਾਜਾ ਸੀ ਸੰਗਤ ਜਿਵੇਂ ਗਿਆ ਤੇ ਗੁਰੂ ਨਾਨਕ ਸਾਹਿਬ ਉੱਚੇ ਥਾਂ ਤੇ ਬਹਿ ਗਏ ਜਦੋਂ ਉੱਚੇ ਥਾਂ ਤੇ ਬਹਿ ਗਏ ਨਾ ਕਹਿੰਦਾ ਜੀ ਸਵਾਲ ਦਾ ਜਵਾਬ ਮੇਰਾ ਉੱਥੇ ਹੀ ਖੜਾ ਵੀ ਕਰਦਾ ਕੀ ਆ ਤੇ ਫਿਰ ਬਾਬੇ ਨਾਨਕ ਨੇ ਕੀ ਕਿਹਾ ਭਲਾ ਭਾਂ ਪਤਾ ਲੱਗ ਗਿਆ ਨਾ ਆਪਾਂ ਨੂੰ ਬਾਬਾ ਨਾਨਕ ਕਹਿੰਦਾ ਤੇਰੇ ਵਰਗੇ ਘੋਗੜਾ ਨੂੰ ਪੈਰਾ ਜੁਬਾਨ ਦਾ ਤੇ ਮੇਰੇ ਵਰਗੇ ਸਾਦਾ ਨੂੰ ਉਹ ਕੁਰਸੀਆਂ ਦੇ ਵਹਾਨਦਾਗਾ ਆਹ ਕੰਮ ਕਰਦਾਗਾ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਜਿਹੜੇ ਰਾਜੇ ਸੀ ਨਾ ਉਹਨਾਂ ਨੂੰ ਜੇਲਾਂ ਚ ਵਹਾਨਦਾ ਤੇ ਭਿਖਾਰੀਆਂ ਨੂੰ ਰਾਜ ਕਰਨ ਵੀ ਲਾਣਦਾ ਉਹ ਆਹ ਕੰਮ ਕਰਦਾਗਾ ਦਸਤਗੀਰ ਪੁੰਜੇ ਬੈਠਾ ਸੀ ਪੁੰਜੇ ਬੈਠੇ ਨੇ ਬਾਬੇ ਨਾਨਕ ਦੇ ਪੈਰ ਫੜਲੇ ਕਹਿੰਦਾ ਮੈਂ ਹਰਿਆ ਤੂੰ ਜਿੱਤੇਆ ਮੇਰੀਆਂ ਕਹਿੰਦਾ ਗਲਤੀਆਂ ਮੈਨੂੰ ਮਾਫ਼ ਕਰ ਤੇ ਅੱਗੇ ਤੋਂ ਅਸੀਂ ਤੈਨੂੰ ਪੂਜਾਂਗੇ ਸੱਚ ਜਾਣਿਓ ਸਿੱਖ ਪੂਜਣ ਨਾ ਪੂਜਣ ਬਾਬੇ ਨਾਨਕ ਨੂੰ ਪਰ ਬਗਦਾਦ ਵਿੱਚ ਨਾ ਦਸਤਗੀਰ ਨੇ ਆਪਣੇ ਘਰ ਦੇ ਵਿੱਚ ਬਾਬੇ ਨਾਨਕ ਦੀ ਕੀ ਬਣਾਈ ਆ ਮਤਲਬ ਇੱਕ ਇੱਕ ਨਿਸ਼ਾਨੀ ਵਜੋਂ ਨਾ ਜਗ੍ਹਾ ਚੁਣ ਲਈ ਉੱਥੇ ਸਾਰਾ ਟੱਬਰ ਕਹਿੰਦੇ ਬਾਅਦ ਵਿੱਚ ਰੋਜ਼ਾਨਾ ਨਮਸਕਾਰ ਕਰਦਾ ਸੀ ਵੀ ਅੱਜ ਮੇਰਾ ਮੈਥੋਂ ਵੱਡਾ ਪੀਰ ਆਇਆ ਦਸਤਗੀਰ ਵੀ ਪੀਰ ਸੀ ਰਾਜਾ ਵੀ ਸੀ ਦੋ ਤੋਂ ਖਲ ਸੀ ਉਹਦੇ ਕੋਲੇ ਮਤਲਬ ਦੋ ਉਹਦੇ ਕੋਲੇ ਉਹਦੇ ਸੀ ਪੀਰ ਦੇ ਵੀ ਤੇ ਰਾਜੇ ਦੇ ਵੀ ਪਰ ਅੱਜ ਹਾਰ ਮੰਨ ਕੇ ਨਾ ਨੀਵਾ ਹੋ ਗਿਆ ਤੇ ਨਾਲ ਦੂਜਿਆਂ ਨੂੰ ਸਾਰਿਆਂ ਨੂੰ ਚਖਾਤਾ ਕਹਿੰਦਾ ਮੱਥਾ ਟੇਕ ਲਓ ਸਾਰਾ ਕੁਝ ਇਹੀ ਆ ਤੇ ਇਉਂ ਭਾਈ ਬਾਬੇ ਨਾਨਕ ਨੇ ਘਰ ਘਰ ਜਾ ਕੇ ਗਿਆਨ ਵੰਡਿਆ ਠੀਕ ਹੈ ਨਾ ਇੱਥੇ ਆਪਣੀ ਬਾਣੀ ਦੀ ਵਿਚਾਰ ਸੀ ਗਿਆਨ ਧਿਆਨ ਸਭ ਗੁਰਤੇ ਹੋਈ ਗੁਰੂ ਕੋਲੋਂ ਗਿਆਨ ਵੀ ਮਿਲਦਾ ਗੁਰੂ ਕੋਲੋਂ ਧਿਆਨ ਟਿਕਾਉਣ ਦਾ ਤਰੀਕਾ ਵੀ ਮਿਲਦਾ ਜਾਨੀ ਕਿ ਗੁਰੂ ਪਿਆਰ ਵੀ ਬਣਦਾ ਤੇ ਗੁਰੂ ਗਿਆਨ ਦੀ ਦਾਤੇ ਬਣਦਾ ਗੁਰੂ ਕਦੇ ਨਫ਼ਰਤ ਨਹੀਂ ਬਣਦਾ ਜੇ ਨਫ਼ਰਤ ਹੈ ਤਾਂ ਸਾਡੀ ਆਪਸ ਵਿੱਚ ਹੋ ਸਕਦੀ ਆ ਈਰਖਾ ਹੈ ਤਾਂ ਸਾਡੀ ਆਪਸ ਵਿੱਚ ਹੋ ਸਕਦੀ ਆ ਸੋ ਭੁੱਲਾਂ ਦੀ ਖਿਮਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹੱਲਾ ਤੀਜਾ ਅਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ